ਅਸੀਂ ਭਜਨ ਗਾਇਆ ਜੇ ਬਿਨਾ ਕੀਮਤ ਉਸ ਦੇਸ਼ ਦੇ ਵਿੱਚ ਪ੍ਰਵੇਸ਼ ਨਹੀਂ ਹੋਣਾ ਤੇ ਦੱਸੋ ਕਿੰਨੀ ਕੁ ਕੀਮਤ ਦੇਣੇ ਆ ਹਾਂਜੀ ਕੀਮਤ ਦੇਣ ਮੇਰੇ ਤਾਂ ਇਹ ਭਜ ਜਾਨੇ ਤੇ ਫਿਰ ਇਹਨੂੰ ਗਾਉਣ ਦਾ ਕੀ ਫਾਇਦਾ ਇਹ ਤਾਂ ਉਹਨਾਂ ਨੂੰ ਗਾਉਣ ਦਾ ਮਤਲਬ ਹੈਗਾ ਜਿਹੜੇ ਇਹਨੂੰ ਕਰਨ ਦੇ ਲਈ ਤਿਆਰ ਹੈ ਉਹ ਕੀਮਤ ਵੀ ਕਿਹੜੀ ਹੈ ਉਹ ਵੀ ਦੱਸ ਲਾਂਗੇ ਕਹਿੰਦਾ ਦੁਨੀਆ ਦੇ ਵਿੱਚ ਅਸੀਂ ਹਾਂ ਪਰਦੇਸੀ ਇਹ ਹੈ ਦੇਸ਼ ਬਰਾਇਆ ਤੇ ਕੀ ਅਸੀਂ ਪਰਦੇਸੀ ਮੰਨ ਕੇ ਇੱਥੇ ਚੱਲਦੇ ਪਏ ਹਾਂ ਪਰਦੇਸੀ ਦੇ ਕੋਲ ਸਫ਼ਰ ਦੇ ਵਿੱਚ ਕਿੰਨਾ ਕੁ ਸਾਜੋ-ਸਮਾਨ ਹੁੰਦਾ ਅਗਰ ਸਾਨੂੰ ਪਤਾ ਹੋਵੇ ਵੀ ਅਸੀਂ ਇੰਡੀਆ ਵਾਪਸ ਚੱਲ ਜਾਣਾ ਤੇ ਅਸੀਂ ਇੱਥੇ ਘਰ ਲਵਾਂਗੇ ਹਾਂਜੀ ਯਾਨੀ ਸਾਨੂੰ ਪਤਾ ਵੀ ਅਸੀਂ 5-7 ਸਾਲ ਲਾ ਕੇ ਇੰਦੇ ਵਾਪਸ ਚੱਲਾਂਗੇ ਕਦੇ ਵੀ ਇੱਥੇ ਘਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਵਚਨ ਦੇ ਅਨੁਸਾਰ ਭੰਜੇ ਤੇ ਗਾ ਰਹੇ ਆ ਵੀ ਅਸੀਂ ਉਸ ਵਤਨ ਚ ਜਾਣਾ ਆ ਅਸੀਂ ਉਸ ਵਤਨ ਦੇ ਵਿੱਚ ਜਾ ਕੇ ਰਹਿਣਾ ਹੈ ਤੇ ਫਿਰ ਇੱਥੇ ਦਾ ਸਾਜ-ਸਾਜ ਸਾਮਾਨ ਜਿਹੜਾ ਇਹ ਇਹ ਕਿੱਥੇ ਛੱਡ ਕੇ ਜਾਣਾ ਅਸੀਂ ਕੀ ਆ ਅਸੀਂ ਭਗਤੀਆਂ ਬੰਦਗੀਆਂ ਇਦਾਂ ਹੀ ਕਰਦੇ ਆ ਵੀ ਮੈਂ ਇੱਕ ਮਟੀਰੀਅਲ ਜਿਆ ਤਿਆਰ ਕਰਕੇ ਲਿਆਉਣਾ ਤੁਸੀਂ ਬੈਠਣਾ ਮੈਂ ਤੁਹਾਨੂੰ ਸੁਣਾਉਣਾ ਤੁਸੀਂ ਵਾਹ-ਵਾਹ ਕਰਨੀ ਆ ਤੁਸੀਂ ਆਪਣੇ ਘਰ ਜਾ ਜੇ ਤੇ ਮੈਂ ਆਪਣੇ ਘਰ ਜਾ ਜੀ ਬਸ ਬੜਾ ਪਾਸੇ ਹੋਣਾ ਤੇ ਆ ਜਿਹੜੀਆਂ ਗੱਲਾਂ ਦਰਾਈਆਂ ਨਾ ਆਹ ਲਾਈ ਗੱਲਾਂ ਸੀ ਇਸ ਤੋਂ ਅੱਗੇ ਤਾਂ ਕੋਈ ਕਹਾਂ ਸਕਦਾ ਹੀ ਨਹੀਂਗਾ ਬਸ ਇੰਨੀ ਗੱਲ ਕਹਿ ਕੇ ਅਸੀਂ ਘਰਾਂ ਨੂੰ ਚੱਲ ਜਾਣਾ ਹੈ ਇਸ ਤੋਂ ਅੱਗੇ ਸਾਡਾ ਕੋਈ ਮਿਸ਼ਨ ਨਹੀਂਗਾ ਸਾਨੂੰ ਵਾਵਾ ਵਾਈ ਕਰਨ ਦੀ ਇੱਕ ਬਿਮਾਰੀ ਲੱਗੀ ਹੈ ਤੋ ਕਰਕੇ ਅਸੀਂ ਚੱਲ ਜਾਣਾ ਇਹ ਬੰਦਗੀ ਥੋੜੀ ਹੈ ਜਿਹੜੀ ਅਸੀਂ ਕਰਦੇ ਆ ਮੈਂ ਇੱਕ ਮਟੀਰੀਅਲ ਤਿਆਰ ਕਰਕੇ ਲੈ ਆਂਦਾ ਮੈਂ ਤੁਹਾਨੂੰ ਸੁਣਾਤਾ ਤੁਸੀਂ ਵੀ ਸੁਣ ਲਿਆ ਮੈਨੂੰ ਵੀ ਲੱਗਾ ਲੋਕਾਂ ਨੇ ਬੜਾ ਲਾਇਕ ਕੀਤਾ ਤੁਹਾਨੂੰ ਵੀ ਲੱਗਾ ਬਹੁਤ ਪਸੰਦ ਸੀਗਾ ਮੇਰਾ ਵੀ ਮਨ ਖੁਸ਼ ਹੋ ਗਿਆ ਤੁਹਾਡਾ ਵੀ ਮਨ ਖੁਸ਼ ਹੋ ਗਿਆ ਆਪੋ ਆਪਣੇ ਘਰਾਂ ਨੂੰ ਗਏ ਉਹਦਾ ਅਸਰ ਸਾਡੇ ਵਿੱਚ 1% ਵੀ ਨਹੀਂ ਤੇ ਫਿਰ ਉਹਨੂੰ ਕਰਨ ਦਾ ਫਾਇਦਾ ਕਿਉਂ ਹੈ ਅਸੀਂ ਕਹਦੇ ਨਹੀਂ ਇਦਾਂ ਹੁਣ ਤੁਸੀਂ ਦੱਸੋ ਮੈਂ ਤੁਹਾਨੂੰ ਵਚਨ ਸੁਣਾਉਣ ਡਿਆ ਜਾਂ ਆ ਕੇ ਤੁਹਾਡੇ ਨਾਲ ਗੱਲਾਂ ਕਰਨ ਡਿਆ ਪਹਿਲੀ ਸਦੀ ਦੇ ਵਿੱਚ ਆਹ ਕੁਛ ਹੁੰਦਾ ਸੀ ਜਿਹੜਾ ਅੱਜ ਨਹੀਂ ਲੱਭਦਾ ਇਹ ਵਚਨ ਦੀਆਂ ਗੱਲਾਂ ਪਹਿਲੀ ਸਦੀ ਦੇ ਵਿੱਚ ਜਿਹੜੀ ਬੰਦਗੀਆਂ ਇਬਾਦਤਾਂ ਦੇ ਉਹ ਆਇਆ ਇਹਨੂੰ ਕਹਿੰਦੇ ਇਬਾਦਤ ਬੰਦਗੀ ਬੰਦਗੀ ਜਿਹੜੇ ਚ ਤੁਸੀਂ ਉਹਦੇ ਵਚਨ ਨੂੰ ਸਿੱਖਣਾ ਕੀ ਲਿਖਿਆ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਸੰਗਤ ਰੋਟੀ ਤੋੜਨ ਅਤੇ ਪ੍ਰਾਰਥਨਾ ਸ਼ਲੋਕ ਨਹੀਂ ਸੀ ਪੜਦੇ ਅਤੇ ਪ੍ਰਾਰਥਨਾ ਕਰਨ ਦੇ ਵਿੱਚ ਲੱਗੇ ਰਹੇ ਕਿਉਂਕਿ ਸਿਖਾਉਣ ਦੇ ਲਈ ਪ੍ਰਭੂ ਨੇ ਭੇਜਿਆ ਤੇ ਸਿਖਾਉਂਦੇ ਤਾਂ ਅਸੀਂ ਹੈ ਹੀ ਨਹੀਂਗੇ ਤੇ ਜਿਹੜਾ ਸਿਖਾਉਨੇ ਆ ਉਹ ਸਾਡਾ ਇੱਕ ਮਤਲਬ ਲੋਕਾਂ ਦੇ ਉੱਤੇ ਪ੍ਰਭਾਵ ਛੱਡਣ ਦੇ ਲਈ ਵੀ ਮੈਂ ਬੜਾ ਗਿਆਨਵਾਨ ਆ ਉਹ ਸਾਡਾ ਇੱਕ ਸਿਸਟਮ ਆ ਬਸ ਉਸ ਤੋਂ ਅੱਗੇ ਕੁਝ ਨਹੀਂਗਾ ਲekin ਜਦੋਂ ਅਸੀਂ ਸਿੱਖਿਆ ਦੇ ਲਈ ਬਹਿਣਾ ਆ ਉਦੋਂ ਤੇ ਇਦਾਂ ਹੀ ਵਾਰਤਾ ਲਾ ਆਪਾਂ ਹੁੰਦੀ ਆ ਤੇ ਇਦਾਂ ਹੀ ਉਹ ਚੇਲਿਆਂ ਦੇ ਨਾਲ ਉਹ ਸਵਾਲ ਕਰਦੇ ਸੀਗੇ ਤੇ ਚੇਲੇ ਇਦਾਂ ਹੀ ਜਵਾਬ ਦਿੰਦੇ ਸੀਗੇ ਤੇ ਅੱਜ ਕੱਲ ਤੇ ਜੇ ਪਾਸਟਰ ਆ ਕੇ ਸਟੇਜ ਦੇ ਉੱਤੇ ਮਨ ਕਹਿੰਦਾ ਭਾਬੀ ਉਹਨੂੰ ਜਿੱਦਾਂ ਮੱਖੀ ਲੜੇ ਤੇ ਬੰਦਾ ਟੱਪਦਾ ਨਹੀਂ ਜੇ ਉਹਦਾ ਹੋਵੇ ਨਾ ਤੇ ਉਹਨਾਂ ਨੂੰ ਕਹਿੰਦੇ ਨੇ ਨਹੀਂ ਆਤਮਾ ਦਾ ਅਭਿਸ਼ੇਕ ਹੈ ਨਹੀਂ ਕੀ ਅੱਜ ਆਤਮਾ ਦਾ ਅਭਿਸ਼ੇਕ ਆਨੇ ਸੀ ਜੇ ਢੋਲ ਕੀ ਕੁੱਟਨਿਆ ਕੁੱਟਨਿਆ ਲੋਕੀ ਨੱਚਣ ਨਾਲ ਤਾਂ ਕਿਹਨਾਂ ਮਜ਼ਾ ਨੇ ਆ ਮੇਰਾ ਐਕਚੁਅਲੀ ਪਹਿਲਾ ਕੁਐਸਚਨ ਇਹੀ ਸੀਗਾ ਕਿ ਜਦੋਂ ਸਾਨੂੰ ਕਿੱਦਾਂ ਪਤਾ ਲੱਗਦਾ ਵੀ ਆਤਮਾ ਇਹ ਸਹੀ ਹੈ ਜਾਂ ਅਸੀਂ ਉਦੋਂ ਹੀ ਬੱਸ ਬੱਝ ਬੱਝੀ ਲਏ ਹਾਂ ਉਥੇ ਆਉਣ ਲੱਗੇ ਆ ਉਥੇ ਆਉਣ ਲੱਗੇ ਆ ਬੇ ਜਦੋਂ ਅਸੀਂ ਕਰਮ ਕਰਦੇ ਪਏ ਆ ਕੀ ਸਾਡਾ ਵਿਵੇਕ ਸਾਡੇ ਨਾਲ ਸਹਿਮਤੀ ਜਤਾ ਰਿਹਾ ਹੈ ਜੇ ਤੇ ਵਿਵੇਕ ਸਹਿਮਤੀ ਜਤਾ ਰਿਹਾ ਫੇਰ ਤੇ ਠੀਕ ਐ ਜੇ ਵਿਵੇਕ ਸਹਿਮਤੀ ਨਹੀਂ ਜਿਤਾਉਂਦਾ ਤੇ ਫੇਰ ਕਿਤੇ ਕੁਝ ਗੜਬੜਿਆ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਬੈਠਾ ਦੌਦ ਨੱਚਿਆ ਕਹਿੰਦੇ ਜਿੱਦਾਂ ਦੌਦ ਨੱਚਿਆ ਨਾ ਉਦਾਂ ਨਾਂ ਦੌਦ ਤੋਂ ਪਹਿਲਾਂ ਕੋਈ ਨੱਚ ਸਕਿਆ ਤੇ ਨਾ ਅੱਜ ਤੱਕ ਕੋਈ ਨੱਚ ਸਕਦਾ ਉਹ ਦੌਦ ਸੀ ਜਿਹੜਾ ਨੱਚ ਗਿਆ ਤੇ ਅਸੀਂ ਦੌਦ ਨੂੰ ਆਧਾਰ ਬਣਾ ਕੇ ਤੇ ਐਵੇਂ ਨਚਨੀਏ ਨਾ ਬਣੀ ਐ ਸਾਨੂੰ ਪਰਮੇਸ਼ਵਰ ਨੇ ਨਚਨੀਏ ਬਣਨ ਦੇ ਲਈ ਨਹੀਂ ਬੁਲਾਇਆ ਅਸੀਂ ਨਚਨੀਏ ਨੀ ਕਿ ਭਗਤੀ ਦੇ ਵਿੱਚ ਨਚਣ ਦੇ ਲਈ ਕੋਈ ਜਗ੍ਹਾ ਨਹੀਂ ਕਿ ਉਹ ਰ ਮੈਂ ਇਹਨੂੰ ਸਿੱਧ ਕਰ ਸਕਦਾ ਵਚਨ ਦੇ ਵਿੱਚ ਕਿ ਭਗਤੀ ਦੇ ਵਿੱਚ ਨਚਣ ਦੇ ਲਈ ਕੋਈ ਜਗ੍ਹਾ ਨਹੀਂ ਕਿ ਜੇ ਅੱਜ ਕੋਈ ਦੌਦ ਦੇ ਉਸ ਨੱਚਣ ਨੂੰ ਲੈ ਕੇ ਭਗਤੀ ਦੇ ਨਾਲ ਜੋੜੇ ਤਾਂ ਉਹ ਤੋਂ ਵੱਡਾ ਮੂਰਖ ਕੋਈ ਨਹੀਂ ਕਿਉਂਕਿ ਯਸ਼ਮਸੀ ਨੇ ਕਲੀਅਰ ਕਰ ਦਿੱਤਾ ਸਾਹਮਣੇ ਔਰਤ ਨੂੰ ਹੈ ਬੀਬੀ ਉਹ ਸਮਾਂ ਆਉਂਦਾ ਆ ਬਲਕਿ ਹੁਣੇ ਆ ਕਿ ਉਹਦੇ ਸੱਚੇ ਅਰਾਧਕ ਆਤਮਾ ਅਤੇ ਸਚਾਈ ਦੇ ਨਾਲ ਉਹਦੀ ਇਬਾਦਤ ਕਰਨਗੇ ਇਹਦਾ ਮਤਲਬ ਇੱਕ ਭਗਤੀ ਸ਼ੁਰੂ ਹੋਣ ਵਾਲੀ ਹੈ ਹੁਣ ਜਿਹੜੀ ਸ਼ੁਰੂ ਹੋਣ ਵਾਲੀ ਉਹ ਆਤਮਾ ਤੇ ਸਚਾਈ ਦੀ ਭਗਤੀ ਹੈ ਤੇ ਹੁਣ ਦੱਸੋ ਵੀ ਜਦੋਂ ਦੋ ਦਿਨੇ ਉਹ ਸਭ ਕੁਝ ਕੀਤਾ ਉਹ ਕਿਹੜੀ ਭਗਤੀ ਸੀ? ਉਹ ਵੀ ਆਤਮਾ ਦੀ ਸੀ। ਨਾ, ਜੇ ਆਤਮਾ ਦੀ ਭਗਤੀ ਸੀ ਉਹ। ਜੇ ਉਹ ਆਤਮਾ ਦੀ ਭਗਤੀ ਸੀ ਤੇ ਫਿਰ ਪ੍ਰਭੂ ਯਸਮਸੀਨ ਨੂੰ ਇਹ ਸ਼ਬਦ ਦੇਖੋ ਨਾ ਵਚਨ ਚ ਲਿਖਿਆ ਕੀ ਆ। "ਹੇ ਬੀਬੀ, ਓ ਸਮਾ ਆਉਂਦਾ ਆ ਸਗੋ ਹੁਣੇ ਆ" ਕਿ ਉਹਦੇ ਸੱਚੇ ਆਰਾਧਕ ਉਹਦੀ ਆराधना ਰੂ ਅਤੇ ਸਚਾਈ ਨਾਲ ਕਰਨਗੇ ਕਰਦੇ ਸੀ ਨਹੀਂ ਕਰ ਰਹੇ ਨਹੀਂ ਬਲਕੇ ਕਰਨਗੇ ਇੱਕ ਇਬਾਦਤ ਉਹ ਸ਼ੁਰੂ ਹੋਣ ਵਾਲੀ ਆ ਜਿਹੜੀ ਅਜੇ ਸ਼ੁਰੂ ਹੋਈ ਨਹੀਂ ਉਹ ਇਬਾਦਤ ਦਾ ਲੈਵਲ ਪਰਮੇਸ਼ਰ ਚਾਹੁੰਦਾ ਆ ਉਦੇ ਲਈ ਉਹ ਬਾਕੀ ਸਾਰੇ ਇੱਕ ਪਰਛਾਵਾ ਸੀ ਅਸਲੀ ਮੈਲ ਬਣਨ ਵਾਲਾ ਆ ਉਹ ਇੱਕ ਨਕਸ਼ਾ ਸੀ ਉਸ ਨਕਸ਼ੇ ਦੇ ਵਿੱਚ ਭਗਤੀ ਦਾ ਜਿਹੜਾ ਸਮਾਨ ਸੀ ਨਾ ਉਹ ਨਕਸ਼ਾ ਸੀਗਾ ਮਿਲਾਪ ਦਾ ਤੰਬੂ ਆਉਣ ਵਾਲੀ ਭਗਤੀ ਦਾ ਨਕਸ਼ਾ ਸੀਗਾ ਸੁਲੇਮਾਨ ਦੇ ਬਣਾਇਆ ਹੋਇਆ ਮੰਦਰ ਆਉਣ ਵਾਲੀ ਭਗਤੀ ਦਾ ਨਕਸ਼ਾ ਸੀਗਾ ਸੁਲੇਮਾਨ ਦੇ ਦੁਆਰਾ ਬਣਾਏ ਗਏ ਮੰਦਰ ਤੇ ਮਿਲਾਪ ਦੇ ਤੰਬੂ ਵਿੱਚ ਰੱਖੀਆਂ ਗਈਆਂ ਸਾਰੀਆਂ ਚੀਜ਼ਾਂ ਆਉਣ ਵਾਲੀ ਅਸਲੀ ਭਗਤੀ ਦਾ ਇੱਕ ਨਮੂਨਾ ਸੀਗਾ ਹੁਣ ਥੋੜੀ ਅਸੀਂ ਚੈਰ ਹੇਕੜ ਬਣਾਵਾਂਗੇ ਤੇ ਉੱਥੇ ਹਜੂਰੀ ਦੀਆਂ ਰੋਟੀਆਂ ਰੱਖਾਂਗੇ ਜੇ ਤੁਸੀਂ ਦੌੜ ਵਾਂਗੂ ਟੱਪਦੇ ਹੋ ਤੇ ਫਿਰ ਤੁਸੀਂ ਹਜੂਰੀ ਦੀਆਂ ਰੋਟੀਆਂ ਵੀ ਰੱਖੋ ਦੌੜ ਤੇ ਉਛਲਦਾ ਕੁੱਦਦਾ ਪਿਆ ਹੈ ਖੁਸ਼ੀ ਦੇ ਨਾਲ ਉਹ ਕੋਈ ਸਟੈਪ ਲਾ ਕੇ ਨੱਚੇ ਥੋੜੀ ਰਿਆ ਸੀ ਦਾਦੇ ਦੇ ਨਾਲ ਅਸੀਂ ਤੁਲਨਾ ਨਹੀਂ ਕਰ ਸਕਦੇ ਉਹ ਖੁਸ਼ੀ ਤੇ ਨਾਲ ਉਛਲਦਾ ਪਿਆ ਟਪਦਾ ਪਿਆ ਆ ਕਿਉਂ ਕਿ ਉਹਨਾਂ ਦੇ ਉਸ ਸਮੇਂ ਦੇ ਵਿੱਚ ਸੰਦੂਕ ਦੀ ਜਿਹੜੀ ਉਹਨਾਂ ਦੇ ਨਜ਼ਰ 'ਚ ਅਹਿਮੀਅਤ ਸੀਗੀ ਉਹਨਾਂ ਦਾ ਸੰਦੂਕ ਉਹਨਾਂ ਦੇ ਹੱਥੋਂ ਨਿਕਲ ਗਿਆ ਸੀ ਪਰਮੇਸ਼ਰ ਉਹਨਾਂ ਦੇ ਹੱਥੋਂ ਉਹਨਾਂ ਦੇ ਜਿਹੜੇ ਰੇਂਜ ਤੋਂ ਦੂਰ ਹੋ ਚੁੱਕਾ ਸੀਗਾ ਇਹ ਉਹਨਾਂ ਦੇ ਲਈ ਬੜੀ ਦੁੱਖ ਦੀ ਘਟਨਾ ਸੀਗੀ ਔਰ ਜਦੋਂ ਉਹਨਾਂ ਨੂੰ ਉਹਨਾਂ ਦੇ ਕੋਲ ਵਾਪਸ ਸੰਦੂਕ ਆ ਗਿਆ ਤੇ ਉਹਨਾਂ ਨੂੰ ਇਦਾਂ ਲੱਗਿਆ ਜਿਵੇਂ ਪਰਮੇਸ਼ਰ ਸਾਡੇ ਤੇ ਰੋਸ ਗਿਆ ਸੀ ਦੁਬਾਰਾ ਸਾਡੇ ਨਾਲ ਉਹਨੇ ਮੇਲ ਕਰ ਲਿਆ ਆ ਉਸ ਮਿਲਾਪ ਦੀ ਖੁਸ਼ੀ ਦੇ ਵਿੱਚ ਉਹ ਉਛਲਦਾ ਖੁਦ ਦਾ ਹੋਇਆ ਰੱਬ ਦੇ ਜਕਾਰੇ ਗਾਉਂਦਾ ਆ ਲਾਉਂਦਾ ਹੋਇਆ ਉਹ ਆ ਰਿਹਾ ਆ ਉਹਨਾਂ ਦੇ ਕੋਲ ਤੇ ਇੱਕ ਵਜ੍ਹਾ ਆ ਤੇ ਸਾਡੇ ਕੋਲ ਕੀ ਵਜ੍ਹਾ ਹੈ ਤੇ ਪਰ ਸਾਨੂੰ ਇਹ ਵੀ ਨਹੀਂ ਉਹ ਏਡੇ ਏਡੇ ਵੱਡੀਆਂ ਚਰਚਾਂ ਏਡੇ ਏਡੇ ਵੱਡੇ ਸੇਵਕ ਉਹ ਸਾਰੇ ਕੁਝ ਕਰੀ ਜਾ ਰਹੇ ਆ ਤੇ ਇਹ ਅਨਪੜ ਬੰਦਾ ਆ ਕੇ ਸਾਨੂੰ ਕੀ ਹੋ ਜਿਆ ਗੱਲਾਂ ਸੁਣਾਦਾ ਅਸੀਂ ਤੁਹਾਨੂੰ ਨਾ ਕਿ ਲਾ ਪੈਣ ਏਡੇ ਏਡੇ ਵੱਡੇ ਚਰਚਾ ਏਡੇ ਏਡੇ ਉਪਰੇ ਲਿਖੇ ਆ ਤੇ ਇਹ ਕਿਹੜੀਆਂ ਗੱਲਾਂ ਕਰਦਾ ਪਿਆ ਹਨ ਤੇ ਜਿਹੜੀਆਂ ਅਸੀਂ ਗੱਲਾਂ ਕਰਦੇ ਪਏ ਆ ਤੇ ਉਹਨੂੰ ਬਚਨ ਦੇ ਅਨੁਸਾਰ ਅਸੀਂ ਇੱਕ ਇੱਕ ਕਰਕੇ ਸਿਖਾਉਨੇ ਆ ਤੇ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਕਿਤੇ ਬਾਹਰ ਆ ਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਭਗਤੀ ਦਾ ਲੈਵਲ ਕੀ ਹੈ ਕਿੱਦਾਂ ਪਤਾ ਲਾਈਏ ਵੀ ਆਤਮਾ ਦੀ ਭਗਤੀ ਹੈ ਹਾਂਜੀ ਕਿੱਦਾਂ ਪਤਾ ਲਾਇਆ ਜਾਵੇ ਕਿ ਇਹ ਆਤਮਾ ਦੀ ਭਗਤੀ ਹੈ ਪਹਿਲਾ ਤੇ ਉਦਾਹਰਨ ਇਹ ਹੈ ਵੀ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਸਤ ਵੱਡਾ ਮੈਂ ਅੱਜ ਮੈਂ ਤੁਹਾਨੂੰ ਕਹਿਣਾ ਹੈ ਜੀ ਵੀ ਖੁਦਾ ਦੇ ਲੋਕਾਂ ਨੂੰ ਸਾਦਗੀ ਦੇ ਵਿੱਚ ਰਹਿਣਾ ਚਾਹੀਦਾ ਤੇ ਕੀ ਮੈਂ ਆਪ ਸਾਦਗੀ ਦੇ ਵਿੱਚ ਰਹਿਣਾ ਕਿਉਂਕਿ ਜਦੋਂ ਮੈਂ ਕਿਸੇ ਨੂੰ ਵਚਨ ਸਿਖਾਉਣਾ ਨਾ ਤੇ ਉਹ ਵਚਨ ਮੇਰੇ ਲਈ ਹੈ ਜਦੋਂ ਮੈਂ ਕਿਸੇ ਨੂੰ ਸਿਖਾ ਰਿਹਾ ਵਚਨ ਆਤਮਾ ਦੇ ਦੁਆਰਾ ਮੈਨੂੰ ਸਿਖਾ ਰਿਹਾ ਉਹ ਫੇ ਗੱਲ ਇਹ ਨਹੀਂ ਮੇਰੇ ਤੇ ਵੀ ਲੱਗ ਹੋਣੀ ਹੈ ਤੇ ਕੀ ਮੈਂ ਉਸ ਵਚਨ ਦੇ ਅਨੁਸਾਰ ਫਿਰ ਆਪਣਾ ਜੀਵਨ ਜੀ ਰਿਹਾ ਹਾਂ ਅਗਲੀ ਗੱਲ ਇਹ ਪਖੰਡ ਵੀ ਹੋ ਸਕਦਾ ਇਹ ਪਖੰਡ ਵੀ ਹੋ ਸਕਦਾ ਵੀ ਮੈਂ ਭਗਤੀ ਦਾ ਰੂਪ ਧਾਰਨ ਕਰਕੇ ਜਾਣ ਬੁਝ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੇ ਲਈ ਮੈਂ ਸਾਦਗੀ ਦੇ ਵਿੱਚ ਹੋਵਾਂ ਇਹ ਵੀ ਇੱਕ ਡਰਾਮਾ ਹੋ ਸਕਦਾ ਲੇਕਿਨ ਇਹਦੇ ਨਾਲ ਨਾਲ ਜੀਵਨ ਦੀਆਂ ਬਹੁਤ ਗੱਲਾਂ ਆ ਜਿਹਨਾਂ ਤੋਂ ਤੁਸੀਂ ਜਾਂਚ ਸਕਦੇ ਹੋ ਕਿ ਇਹ ਇਹਦਾ ਜੀਵਨ ਜਿਹੜਾ ਆ ਉਹ ਆਤਮਾ ਦੇ ਅਨੁਸਾਰ ਹੈਗਾ ਹੈ ਕਿ ਨਹੀਂ ਤੁਸੀਂ ਮੇਰਾ ਜੀਵਨ ਮੇਰੇ ਬੱਚਿਆਂ ਦੇ ਨਾਲ ਤੁਲਨਾ ਕਰਕੇ ਨਹੀਂ ਜਾਂਚ ਸਕਦੇ ਕਿਉਂਕਿ ਉਹਨਾਂ ਨੇ ਆਪਣਾ ਲੇਖਾ ਦੇਣਾ ਹੈ ਮੇਰੇ ਮਾਪੇ ਦੇ ਨਾਲ ਤੁਲਨਾ ਕਰਕੇ ਨਹੀਂ ਜਾਂਚ ਸਕਦੇ ਉਹਨਾਂ ਨੇ ਆਪਣਾ ਲੇਖਾ ਦੇਣਾ ਹੈ ਮੇਰੇ ਭੈਣ ਭਰਾਵਾਂ ਦੇ ਨਾਲ ਤੁਲਨਾ ਕਰਕੇ ਨਹੀਂ ਜਾਂਚ ਸਕਦੇ ਉਹਨਾਂ ਨੇ ਆਪਣਾ ਲੇਖਾ ਦੇਣਾ ਹੈ ਮੇਰੀ ਪਤਨੀ ਦੇ ਨਾਲ ਤੁਲਨਾ ਕਰਕੇ ਨਹੀਂ ਜਾ ਸਕਦੇ ਉਹਨੇ ਆਪਣਾ ਲਿਖਾ ਦੇਣਾ ਹੈ ਕਿਉਂਕਿ ਵਚਨ ਚ ਲਿਖਿਆ ਹੈ ਵੀ ਹਰੇਕ ਨੇ ਕੀਮਤ ਦੇਣੀ ਹੈ ਜਿਹੜਾ ਕੀਮਤ ਦੇਊਗਾ ਨਜਾਤ ਉਹਦੇ ਲਈ ਹੈ ਮੇਰਾ ਕਰਕੇ ਮੇਰੇ ਬੱਚੇ ਨੂੰ ਨਜਾਤ ਨਹੀਂ ਮਿਲਣੀ ਉਹ ਨਜਾਤ ਦੀ ਕੀਮਤ ਦੇਊਗਾ ਤੇ ਉਹਨੂੰ ਮਿਲਣੀ ਹੈ ਲਿਖਿਆ ਯਸਮਸੀ ਦੇ ਭਰਾ ਵੀ ਉਹਦੇ ਤੇ ਯਕੀਨ ਨਹੀਂ ਸੀ ਕਰਦੇ ਪ੍ਰਭੂ ਯਸਮਸੀ ਬਾਰੇ ਇਹ ਗੱਲ ਲਿਖੀ ਗਈ ਉਹਦੇ ਭਰਾ ਵੀ ਉਹਦੇ ਉੱਤੇ ਯਕੀਨ ਨਹੀਂ ਸੀ ਕਰਦੇ ਤੇ ਜੇ ਪ੍ਰਭੂ ਦੇ ਨਾਲੇ ਕੁਛ ਵਾਪਰ ਰਿਹਾ ਤੇ ਸਾਡੀ ਕੀ ਵਜੂਦ ਆ ਫਿਰ ਹallelujah ਇਸ ਕਰਕੇ ਜਿਹੜਾ ਪ੍ਰਭੂ ਦੀਆਂ ਗੱਲਾਂ ਨੂੰ ਲੈ ਕੇ ਹੁੰਦਾ ਨਾ ਇਹਨੂੰ ਇਹਨੂੰ ਅਸੀਂ ਲਾਈਟਲੀ ਨਾ ਲਈਏ ਪ੍ਰਭੂ ਦੀਆਂ ਗੱਲਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਵੀ ਮੈਂ ਉਹਨਾਂ ਗੱਲਾਂ ਨੂੰ ਲੋਕਾਂ ਦੇ ਵਿੱਚ ਲਿਜਾਨ ਦੇ ਲਾਇਕ ਆਗਾ ਕਿਉਂਕਿ ਲੋਕਾਂ ਨੇ ਮੈਨੂੰ ਦੇਖਣਾ ਹੈ ਲੋਕਾਂ ਨੇ ਮੈਨੂੰ ਫਾਲੋ ਕਰਨਾ ਲੋਕਾਂ ਨੇ ਮੇਰੇ ਪਿੱਛਾ ਕਰਨਾ ਉਹਨਾਂ ਦੇ ਹਰ ਪਹਿਲੂ ਦੇ ਉੱਤੇ ਫਿਰ ਮੈਂ ਉਹਨਾਂ ਦੇ ਅੱਗੇ ਇੱਕ ਨਮੂਨਾ ਬਣ ਕੇ ਪੇਸ਼ ਹੋਣਾ ਤੇ ਉਹ ਜੇ ਮੈਂ ਕਰਦਾ ਆਂ ਤੇ ਫਿਰ ਓਕੇ ਜੇ ਮੈਂ ਨਹੀਂ ਕਰਦਾ ਤੇ ਫਿਰ ਨਹੀਂ ਹੁਣ ਤੁਸੀਂ ਦੇਖੋ ਵੀ ਇਹਨਾਂ ਤਸਵੀਰ ਨੂੰ ਦੇਖੋ ਤੁਸੀਂ ਬੜੀ ਜ਼ਿੰਮੇਵਾਰਤਾ ਕਿਸੇ ਨੇ ਬਣਾਈ ਕਿਹਨੇ ਲਿਖਿਆ ਕਹਿੰਦਾ ਸਵੈਮ ਕੋ ਪੜਨਾ ਦੁਨੀਆ ਦਾ ਸਭ ਤੋਂ ਇਕਠੇ ਨਕਾਰਿਆ ਹੈ ਪ੍ਰਯਾਸ ਅਵਸ਼ਕ ਹੈ ਸਾਡਾ ਕੰਮ ਕੀ ਹੈ ਅਸੀਂ ਸਿਰਫ ਦੂਜਿਆਂ ਨੂੰ ਪੜਦੇ ਹਾਂ ਇੱਕੋ ਹੀ ਕੰਮ ਆ ਸਾਡਾ ਜੀਵਨ ਦੇ ਵਿੱਚ ਕੀ ਔਰ ਇਸ ਤੋਂ ਘਟੀਆ ਤੇ ਖਤਰਨਾਕ ਬਿਮਾਰੀ ਦੁਨੀਆ 'ਚ ਕੋਈ ਨਹੀਂ ਕਿ ਮੈਂ ਕਿੱਥੇ ਖੜਾ ਔਰ ਇਸ ਬਿਮਾਰੀ ਦਾ ਇੱਕੋ ਹੀ ਇਲਾਜ ਹੈ ਬਿਤੇ ਉਹਨੂੰ ਪੜਨ ਦੇ ਨਾਲੋਂ ਆਪਣੇ ਆਪ ਨੂੰ ਪੜ ਲੈ ਇਸ ਦੇ ਪ੍ਰੋਫੈਸਰ ਐਸ.ਐਮ.ਸੀ ਨੇ ਕਿਹਾ ਤੈਨੂੰ ਤੇਰੇ ਭਰਾ ਦੀ ਅੱਖ ਦੇ ਵਿੱਚ ਕੱਖ ਕਿਉਂ ਨਜ਼ਰ ਆਉਂਦਾ ਉਹਦਾ ਛੋਟਾ ਜਿਹਾ ਕੱਖ ਤੈਨੂੰ ਨਜ਼ਰ ਆ ਰਿਹਾ ਤੇ ਤੈਨੂੰ ਆਪਣੀ ਅੱਖ ਦਾ ਛਤੀਰ ਜਿਹੜਾ ਆ ਉਹ ਕਿਉਂ ਨਹੀਂ ਨਜ਼ਰ ਆਉਂਦਾ ਬਾਈਬਲ ਦਿਖਾਉਂਦੀ ਆ ਬੱਸ ਜੀ ਬਾਈਬਲ ਇਹੀ ਸਭ ਤੋਂ ਪਹਿਲਾਂ ਕੰਮ ਕਰਦੀ ਹੈ ਤੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਤੇ ਫਿਰ ਪ੍ਰਭੂ ਯਿਸੂ ਨੇ ਕਹਿੰਦਾ ਪਹਿਲਾਂ ਆਪਣੀ ਅੱਖ ਦੇ ਛਤੀਰ ਨੂੰ ਕੱਢ ਤਾਂ ਕਿ ਤੂੰ ਚੰਗੀ ਤਰ੍ਹਾਂ ਦੇਖਣ ਦੇ ਲਾਇਕ ਪਹਿਲਾਂ ਹੋਵੇਂ ਤੇ ਜਿੱਦਣ ਤੂੰ ਆਪਣਾ ਛਤੀਰ ਕੱਢ ਲਿਆ ਫਿਰ ਤੈਨੂੰ ਉਹਦਾ ਕੱਖ ਨਜ਼ਰ ਨਹੀਂ ਆਉਣਾ ਤੇ ਸਾਡਾ ਧਿਆਨ ਦੂਜੇ ਦੇ ਜੀਵਨ ਦੇ ਉੱਤੇ ਆ ਇਹ ਇਦਾਂ ਕਿਉਂ ਆ ਇਹ ਇਦਾਂ ਕਿਉਂ ਆ ਇਹ ਸਾਡਾ ਸਾਰਿਆਂ ਦਾ ਹਾਲ ਆ ਕਿਸੇ ਇੱਕ ਦਾ ਨਹੀਂ ਅਸੀਂ ਜਦੋਂ ਵੀ ਉਂਗਲੀ ਰੱਖਦੇ ਆ ਦੂਜੇ ਦੇ ਜੀਵਨ ਦੇ ਉੱਤੇ ਰੱਖਦੇ ਆ ਉਹੋ ਹੀ ਉਂਗਲੀ ਕਿਤੇ ਅਸੀਂ ਆਪਣੇ ਜੀਵਨ ਦੇ ਉੱਤੇ ਰੱਖ ਲਈਏ ਤੇ ਸਾਰੀਆਂ ਗੱਲਾਂ ਦਾ ਜਵਾਸ ਸਾਨੂੰ ਮਿੰਟ ਦੇ ਵਿੱਚ ਮਿਲ ਜਾਂਦਾ ਪਰ ਕਾਰਨ ਕੀ ਆ ਅਸੀਂ ਆਪਣੇ ਲਈ ਜਿਹੜੇ ਨਾ ਉਹ ਬਹੁਤ ਵੱਡੇ ਵਕੀਲ ਆ ਤੇ ਦੂਜਿਆਂ ਦੇ ਲਈ ਜੱਜ ਆ। ਜਦ ਕਿ ਕੰਮ ਉਲਟਾ ਕਰਨਾ ਆਪਣੇ ਲਈ ਜੱਜ ਬਣੋ ਤੇ ਦੂਜਿਆਂ ਦੇ ਲਈ ਵਕੀਲ ਬਣੋ। ਤੇ ਫਿਰ ਜਿਹੜਾ ਜੀਵਨ ਆ ਫਿਰ ਇਹ ਭਗਤੀ ਇੱਥੋਂ ਸ਼ੁਰੂ ਦੀ ਭਗਤੀ ਦਾ ਲੈਵਲ ਆ। ਭਗਤੀ ਆ ਨੀ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਗਿਆਨ ਮੈਂ ਤੁਹਾਨੂੰ ਦੱਸ ਦਵਾ ਇਹ ਗਿਆਨ ਭਗਤੀ ਨਿਕਾ। ਭਗਤੀ ਦੇ ਵਿੱਚ ਕਰਮ ਆ। ਉਰੋਇਡਾ ਕਰਮ ਆ ਉਹਦੇ ਬਾਰੇ ਵਜਨ ਜਿ ਲਿਖਿਆ ਵੀ ਇਹ ਕਰਮ ਜਿਨ੍ਹਾਂ ਨੂੰ ਕਰਕੇ ਤੂੰ ਆਪਣੇ ਆਪ ਨੂੰ ਧਰਮੀ ਠਰਉਣ ਦੀ ਕੋਸ਼ਿਸ਼ ਕਰਦਾ ਆ ਇਹ ਵੀ ਮੇਰੇ ਅੱਗੇ ਫਟੇ ਹੋਏ ਕੱਪੜਿਆਂ ਦੀ ਤਰ੍ਹਾਂ ਤੇ ਫਿਰ ਕੀ ਸਮਝੀਏ ਵੀ ਭਗਤੀ ਦੇ ਵਿੱਚ ਫਿਰ ਕਰਮ ਦੀ ਰਹਿਮ ਜਗ੍ਹਾ ਹੈ ਨਹੀਂ ਤੇ ਕਰਮਾਂ ਤੋਂ ਬਾਅਦ ਜੋ ਭਗਤੀ ਕਾਦੀ ਹੋਰ ਹੁੰਦਾ ਕੀ ਆ ਲੋਕੀ ਇੱਕ ਇੱਕ ਗੱਲ ਨੂੰ ਉਠਾ ਕੇ ਨਾ ਤੇ ਉਹਦੇ ਉੱਤੇ ਉਹ ਬਸ ਇੱਕ ਡਾਕਟ੍ਰੀਨ ਤਿਆਰ ਕਰਕੇ ਲੋਕਾਂ ਨੂੰ ਦੇ ਦਿੰਦੇ ਆ ਤੇ ਉਹ ਉਹ ਸਾਰੇ ਪਹਿਲੂ ਨਹੀਂ ਸਮਝਾਉਂਦੇ ਨੇ ਅਸੀਂ ਖੁਦਾਰੇ ਸੇਵਕ ਹਾਂ ਤੇ ਹਰ ਚੀਜ਼ ਨੂੰ ਸਮਝਾਉਣਾ ਹੈ ਕਿੰਦਾ ਵਿੱਚ ਕਰਮ ਤੇਰੇ ਮੇਰੇ ਕੇ ਪਾਟੀਆਂ ਡੀਰਾਂ ਦੀ ਤਰ੍ਹਾਂ ਹੈ ਤੇ ਫਿਰ ਕੀ ਭਗਤੀ ਦੇ ਵਿੱਚ ਕਰਮ ਹੈ ਨਹੀਂਗਾ ਤੇ ਵਚਨ ਦਾਦਾ ਕਰਮ ਤੋਂ ਬਿਨਾਂ ਤੇ ਭਗਤੀ ਨਹੀਂ ਕਿੰਨਾ ਤੂੰ ਵਿਸ਼ਵਾਸ ਕਰਦਾ ਆ ਚੰਗੀ ਗੱਲ ਆ ਪਰ ਜੇ ਤੂੰ ਕਰਮ ਨਹੀਂ ਕਰਦਾ ਤੇ ਤੇਰਾ ਵਿਸ਼ਵਾਸ ਕਰਮਾਂ ਤੋਂ ਬਿਨਾਂ ਥੋਤਾ ਤੇ ਜੇ ਤੂੰ ਵਿਸ਼ਵਾਸ ਉੱਤੇ ਘਮੰਡ ਕਰੇ ਤੇ ਕਹਿੰਦਾ ਉਹ ਤੇ ਭੂਤ ਕਰਦੇ ਆ ਜਿਹੜੇ ਵਿਸ਼ਵਾਸ ਉੱਤੇ ਤੂੰ ਘੁੰਡ ਕਰਦਾ ਮੈਂ ਪਰਪੋਇਸਮਿਸ ਤੇ ਵਿਸ਼ਵਾਸ ਕੀਤਾ ਕਹਿੰਦਾ ਇਹ ਵਿਸ਼ਵਾਸ ਤੇ ਭੂਤ ਕਰਦੇ ਆ ਤੇ ਉਹ ਤੇਰੇ ਤੇ ਭੂਤਾਂ 'ਚ ਫਰਕ ਪੇ ਦੱਸਦਾ ਵਚਨ ਕਹਿੰਦਾ ਤੇਰੇ ਵਿੱਚ ਤੇ ਭੂਤਾਂ ਵਿੱਚ ਫਰਕ ਫੇ ਪਤਾ ਕੀ ਆ ਭੂਤ ਉਹਦਾ ਨਾਮ ਸੁਣ ਕੇ ਥੜ-ਥੜ ਕੰਬਦੇ ਆ ਕੰਬਦੇ ਤੇ ਤੈਨੂੰ ਪਰਵਾਹ ਹੀ ਕੋਈ ਨਹੀਂ ਗੀ ਤੂੰ ਸਵੇਰੇ ਪਾਪ ਕੀਤਾ ਸ਼ਾਮੀ ਤੂੰ ਪ੍ਰਾਰਥਨਾ ਕਰਨੀ ਕਿਉਂਕਿ ਤੇਰੀ ਰੁਟੀਨ ਹੈ ਤੇ ਪ੍ਰਾਰਥਨਾ ਕਰਨ ਤੋਂ ਪਹਿਲਾਂ ਤੈਨੂੰ ਪਤਾ ਵੀ ਮੈਂ ਮਾਫੀ ਮੰਗਣੀ ਹੈ ਤੇ ਤੂੰ ਡੇਲੀ ਦੀ ਇਹ ਪਖੰਡ ਸ਼ੁਰੂ ਕਰ ਲਿਆ ਵੀ ਸ਼ਾਮ ਤੱਕ ਜਨਨ ਕਿ ਪਹਿਲਾਂ ਸਾਰੇ ਜੋ ਉਲਟੇ ਸਿੱਧੇ ਕੰਮ ਕਰ ਲੋ ਠੀਕ ਹੈ ਸ਼ਾਮ ਨੂੰ ਆਪਣੇ ਸੌਣ ਤੋਂ ਪਹਿਲਾਂ ਗੋਡੇ ਟੇਕੋ ਤੇ ਪ੍ਰਭੂ ਜੀ ਅੱਜ ਦੀਆਂ ਸਾਰੀਆਂ ਗਲਤੀਆਂ ਤੇ ਖਤਾਵਾ ਕੀ ਕਰੇ ਪ੍ਰਭੂ ਇਹੋ ਜੇ ਘਟੀਆਂ ਲੋਕਾਂ ਦਾ ਖੁਦਾ ਹੈ ਇਹੋ ਜੇ ਢੀਠ ਤੇ ਮਨਮਤੀਆਂ ਲੋਕਾਂ ਦਾ ਖੁਦਾ ਹੈ ਵਚਨ ਜੀ ਲਿਖਿਆ ਉਹ ਕਿ ਇਹੋ ਜੇ ਲੋਕਾਂ ਦਾ ਖੁਦਾ ਆ ਉਹ ਕਿ ਇਹੋ ਜੇ ਲੋਕਾਂ ਦੇ ਵਿੱਚ ਰਹਿੰਦਾ ਹੈ ਉਹਦੇ ਰਹਿਣ ਦੀ ਜਗ੍ਹਾ ਕਿਹੋ ਜੀ ਹੈ ਤੇ ਜਿਹੜੇ ਠੀਠ ਸੇ ਮਨਮਤੀ ਲਿਖਿਆ ਉਹਨਾਂ ਨੂੰ ਛੱਡ ਦਿੰਦਾ ਹੋ। ਜਿਹੜੇ ਉਹਦੀ ਨਹੀਂ ਸੁਣਦੇ ਵਚਨ ਦਾਦਾ ਫਿਰ ਪਰਮੇਸ਼ਰ ਉਹਨਾਂ ਦੀ ਵੀ ਨਹੀਂ ਸੁਣਦਾ। ਤੇ ਪਰਮੇਸ਼ਰ ਉਹਨਾਂ ਦੀ ਹੀ ਸੁਣਦਾ ਹੈ ਜਿਹੜੇ ਫਿਰ ਪਰਮੇਸ਼ਰ ਦੀ ਸੁਣਦੇ ਆ। ਤੇ ਇਹਦਾ ਮਤਲਬ ਹੈ ਵੀ ਭਗਤੀ ਦੇ ਲੈਵਲ ਨੂੰ ਜਾਂਚਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਆ ਵੀ ਖੁਦਾ ਜਿਹੜਾ ਕਹਿੰਦਾ ਵੀ ਕਰਮ ਜਿਹੜੇ ਆ ਜਿਨ੍ਹਾਂ ਦੇ ਉੱਤੇ ਤਕਵੰਡ ਕਰਦਾ ਪਾਟੀਆਂ ਲੀ ਰਾਂ ਵਾਂਗੂ ਆ ਉਹ ਹੀ ਖੁਦਾ ਕਹਿੰਦਾ ਕਰਮਾਂ ਤੋਂ ਬਿਨਾਂ ਤੇ ਭਗਤੀ ਹੈ ਹੀ ਕੋਈ ਨਹੀਂ। ਤੇ ਫਿਰ ਭਗਤੀ ਜੇ ਕਰਮਾਂ ਤੋਂ ਬਿਨਾ ਨਹੀਂ ਫਿਰ ਉਹ ਕਰਮ ਕਿਹੜੇ ਜਿਹੜੇ ਅਸੀਂ ਕਰਨੇ ਆ। ਉਹ ਕਰਮ ਜਦੋਂ ਅਸੀਂ ਪਰਮੇਸ਼ਰ ਨੂੰ ਜਾਣੇ ਤੋਂ ਬਿਨਾ ਕਰਦੇ ਸੀ ਨਾ ਉਹ ਕਰਮ ਸਾਡੇ ਅੰਦਰ ਕਮਾਂਡ ਲਿਆਉਂਦੇ ਸੀ। ਅੱਜ ਬਹੁਤ ਸਾਰੇ ਲੋਕਾਂ ਨੇ ਜੋ ਗੱਲ ਕਰੀ ਨਾ ਕਹਿੰਦੇ ਪਰਮੇਸ਼ਰ ਇਹ ਚਾਹੁੰਦਾ ਵੀ ਤੁਸੀਂ ਚੰਗੇ ਕੰਮ ਕਰੋ ਕਹਿੰਦੇ ਆਪਾਂ ਚੰਗੇ ਕੰਮ ਕਰਾਂਗੇ ਸਾਨੂੰ ਯਸ਼ਮ ਸਿੰਘ ਦੀ ਰੋੜੀ ਨਹੀਂ। ਅਸੀਂ ਕੀ ਲੈਣਾ ਯਸ਼ਮ ਸਿੰਘ ਦੇ ਕੋਲੋਂ ਅਸੀਂ ਚੰਗੇ ਕੰਮ ਕਰਾਂਗੇ ਪਰਮੇਸ਼ਰ ਚੰਗੇ ਕੰਮ ਚਾਹੁੰਦਾ ਤਾਂ ਅਸੀਂ ਆਪੇ ਪਰਮੇਸ਼ਰ ਦੇ ਕੋਲ ਪਹੁੰਚ ਜਾਵਾਂਗੇ। ਲਿਖਿਆ ਰਾਹ ਇੱਕੋ ਹੀ ਆ। ਉਦਾ ਨਾਮ ਪ੍ਰਭ ਯਿਸੂ ਮਸੀਹ ਹੈ। ਉਹ ਤੋਂ ਬਿਨਾ ਕੋਈ ਪਰਮੇਸ਼ਰ ਦੇ ਕੋਲ ਜਾ ਹੀ ਨਹੀਂ ਸਕਦਾ। ਪਰਮੇਸ਼ਰ ਵਿੱਚ ਤੇ ਇਨਸਾਨਾਂ ਵਿੱਚ ਇੱਕੋ ਹੀ ਵਿਚੋਲਾ ਹੈ। ਜਿਸ ਤੋਂ ਬਿਨਾ ਪਰਮੇਸ਼ਰ ਦੇ ਕੋਲ ਕੋਈ ਜਾ ਸਕਦਾ ਹੀ ਨਹੀਂ ਹੈ। ਲੋਕੀ ਕਹਿੰਦੇ ਰਸਤੇ ਅਨੇਕ ਪਰਮੇਸ਼ਰ ਇੱਕ। ਕਹਿੰਦੇ ਹਨ। ਇਹ ਕਿਸੇ ਬੰਦੇ ਨੇ ਜਿੰਨੇ ਵੀ ਇਹ ਕਹਾਵਤ ਬਣਾਈ ਨਾ ਮੈਨੂੰ ਲੱਗਦਾ ਵੀ ਉਹਨੇ ਚੰਗੀ ਕੋਈ ਜੜੀ ਬੂਟੀ ਕੋ ਨਸ਼ਿਆਲੀ ਖਾਦੀ ਹੋਣੀ ਹੈ ਜਦੋਂ ਉਹਨੇ ਇਹ ਗੱਲ ਲਿਖੀ ਹੈ। ਨਹੀਂ ਤੇ ਬੰਦਾ ਸੂਰਤ ਦੇ ਵਿੱਚ ਨਹੀਂ ਕਹਿ ਸਕਦਾ। ਜੇ ਪਰਮੇਸ਼ਵਰ ਇੱਕ ਹੈ ਤਾਂ ਫਿਰ ਰਸਤਾ ਵੀ ਇੱਕ ਹੀ ਹੈ। ਤੇ じゃ ਆਪੇ ਸਾਨੂੰ ਇਹ ਕਹਿਣਾ ਪਊਗਾ ਪਰਮੇਸ਼ਵਰ ਵੀ ਅਨੇਕ ਤੇ ਰਸਤੇ ਵੀ ਅਨੇਕ। ਇਹਨਾਂ ਦੇ ਘਰ ਨੂੰ ਮੈਂ ਆਇਆ ਭਾਵੇਂ ਇਹਨਾਂ ਦੇ ਘਰ ਨੂੰ ਆਉਣ ਦੇ ਲਈ ਰਸਤੇ 500 ਹੋਣ। ਪਰ ਇੱਕ ਮੁੱਖ ਰਸਤਾ ਆ ਜਿਹੜਾ ਇਹਨਾਂ ਦੇ ਘਰ ਦੇ ਨਾਲ ਲਿਆ ਕੇ ਜੋੜਦਾ ਹੈ। ਉਸ ਰਸਤੇ ਦਾ ਨਾਮ ਪ੍ਰਭੂ ਯਿਸੂ ਮਸੀਹ ਹੈ। ਨੇ ਕਿ ਜਮੀਨ ਦੇ ਉੱਤੇ ਤੇ ਆਕਾਸ਼ ਦੇ ਹੇਠਾਂ ਕੋਈ ਦੂਜਾ ਨਾਮ ਨਹੀਂ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਕਿਸੇ ਮذਬਬ ਦੀ ਨਹੀਂ ਵਿਰੋਧਤਾ ਕਰਦੇ ਅਸੀਂ ਤੇ ਸਵਾਲ ਕਰਦੇ ਆਂ ਵਿਰੋਧਤਾ ਨਹੀਂ ਉਹਨਾਂ ਨੂੰ ਨੀਚਾ ਦਿਖਾਉਣਾ ਨਹੀਂ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਲੇਕਿਨ ਇਨਸਾਨ ਨੂੰ ਆਜ਼ਾਦ ਖਿਆਲ ਦਿੱਤਾ ਖੁਦਾ ਨੇ ਇਸਰਕੇ ਸਵਾਲ ਕਰ ਲੈਣਾ ਜਿਹੜਾ ਨਾ ਉਹ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਤੇ ਅਸੀਂ ਸਵਾਲ ਕਰਦੇ ਆਂ ਵੀ ਅਸੀਂ ਭਗਵਾਨ ਕ੍ਰਿਸ਼ਨ ਨੂੰ ਮੰਨਣ ਦੇ ਲਈ ਤੇ ਆ ਰਹੇ ਆਂ ਸਾਡੀ ਨਜ਼ਾਤ ਦੇ ਲਈ ਉਹਨਾਂ ਨੇ ਕਿਹੜਾ ਕਰਮ ਕੀਤਾ ਆ ਸਿਰਫ ਸਾਨੂੰ ਉਹ ਇੱਕ ਦੱਸ ਦਿਓ ਤੇ ਅਸੀਂ ਮੰਨ ਲਏ ਨੇ ਜਦੋਂ ਅਸੀਂ ਉਹ ਗੱਲ ਕਰਦੇ ਆ ਫੇਰ ਕੋਈ ਜਵਾਬ ਨਹੀਂ ਦਿੰਦਾ ਅਸੀਂ ਕਹਿੰਦੇ ਅਸੀਂ ਰਾਮਚੰਦਰ ਜੀ ਨੂੰ ਮੰਨਣ ਲਈ ਤਿਆਰ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੀ ਨਜ਼ਰ 'ਚ ਉਹ ਨੇਕ ਲੋਕ ਸੀਗੇ ਵਧੀਆ ਲੋਕ ਸੀ ਅਸੀਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਮੰਨਣ ਲਈ ਵੀ ਤਿਆਰ ਆ ਸਾਨੂੰ ਦੱਸ ਦਿਓ ਵੇ ਉਹ ਸਾਡੀ ਨਜਾਤ ਦੇ ਵਿੱਚ ਉਹਨਾਂ ਦਾ ਕੀ ਰੋਲ ਆ ਤੇ ਅਸੀਂ ਮੰਨ ਲੈਂਦੇ ਆ ਇੱਕ ਪਹਿਲਾਂ ਆਪਣੀ ਘਰਵਾਲੀ ਨੂੰ ਸੁੰਭਰ ਦੇ ਵਿੱਚੋਂ ਜਿੱਤ ਕੇ ਲਿਆਉਂਦਾ ਆ ਉਹਦੀ ਘਰਵਾਲੀ ਸਮੇਤ ਉਹਦਾ ਮਤਰਈ ਮਾਂ ਉਹਨ ਘਰੋਂ ਕਢਵਾ ਦਿੰਦੀ ਹੈ ਬਨਵਾਸ ਤੇ ਚੱਲ ਜਾਂਦੇ ਆ ਆਖਰੀ ਸਾਲ ਦੇ ਵਿੱਚ ਰਾਵਣ ਉਹਦੀ ਘਰਵਾਲੀ ਨੂੰ ਲੈ ਜਾਂਦਾ ਹੈ ਅਗਲਾ ਸਾਲ ਯੁੱਧ ਵਿੱਚ ਲੰਘ ਜਾਂਦਾ ਹੈ ਤੇ ਉਸ ਤੋਂ ਬਾਅਦ ਯੁੱਧ ਜਿੱਤ ਕੇ ਤੇ ਆਪਣੀ ਘਰਵਾਲੀ ਨੂੰ ਵਾਪਸ ਲੈ ਕੇ ਆਉਂਦਾ ਹੈ ਤੇ ਇਹ ਤੇ ਮੇਰੇ ਘਰ ਵਾਲੇ ਨੇ ਕੋਈ ਚੁੱਕ ਕੇ ਲਾਇਆ ਤੇ ਮੈਂ ਇਹੇ ਕੰਮ ਕਰਨਾ ਤੇ ਜੇ ਮੈਂ ਇਹ ਕੰਮ ਕਰਾਂ ਤੇ ਮੈਂ ਰਾਮਚੰਦਰ ਹੋ ਗਿਆ ਹਾਂਜੀ ਤੇ ਜੇ ਮੈਂ ਚੁੱਕ ਕੇ ਲਾ ਜੀਵਾਂ ਤਾਂ ਕੀ ਮੈਂ ਰਾਵਣ ਹੋ ਗਿਆ ਇਹਨਾਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਹੈ ਸਾਨੂੰ ਉਹ ਦੱਸਦੇ ਅਸੀਂ ਮੰਨਣ ਲਈ ਆ ਰਹੇ ਅਸੀਂ ਕਿਸੇ ਦੀ ਹੱਥਾਂ ਤੋਂ ਠੇਜ਼ ਨਹੀਂ ਪਚਾਉਂਦੇ ਨਾ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਕਿ ਲੈਣਾ ਦੇਣਾ ਅਸੀਂ ਤਾਂ ਕਹਿੰਦੇ ਹਾਂ ਮੰਨਣ ਲਈ ਤੇ ਆ ਰਹੇ ਹਾਂ ਤੁਸੀਂ ਸਾਨੂੰ ਸਵਾਲ ਤੇ ਜਦੋਂ ਅਸੀਂ ਕਰਦੇ ਫਿਰ ਉਹਦਾ ਜਵਾਬ ਤੇ ਦਿਓ ਨਾ ਉਹਨਾਂ ਕੱਲ ਹੀ ਕਿਸੇ ਨੇ ਪਾਇਆ ਸੀ ਵਾਲੇ ਨੇ ਸਵਾਲ ਕੀਤਾ ਵੇ 5 ਕਿਲੋ ਮੈਲ ਦੇ ਨਾਲ ਗਣੇਸ਼ ਮਹਾਰਾਜ ਜੀ ਬਣੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਧੌਣ ਲਾ ਦਿੱਤੀ ਹੈ ਤੇ ਫਿਰ ਇੱਕ ਬੱਚੇ ਦੀ ਧੌਣ ਦੇ ਉੱਤੇ ਹਾਥੀ ਦਾ ਸਿਰ ਰੱਖ ਦਿੱਤਾ ਹੈ ਹਾਥੀ ਦਾ ਸਿਰ ਕਹਿੰਦੇ ਕਿੱਦਾਂ ਰੱਖਿਆ ਸਾਨੂੰ ਦੱਸ ਦਿਓ ਅਸੀਂ ਮੰਨਣ ਲਈ ਤਿਆਰ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਵੀ ਬੱਚੇ ਦੇ ਉੱਤੇ ਫਿਰ ਹਾਥੀ ਦਾ ਸਿਰ ਲਾਉਣ ਦੀ ਕੀ ਜ਼ਰੂਰਤ ਸੀਗੀ ਠੀਕ ਹੈ ਚਲੋ ਇਹ ਵੀ ਕਹਿੰਦੇ ਮੰਨ ਲੈਨੇ ਆ ਫਿਰ ਇੱਕ ਬੱਚਾ ਆ ਉਹਦੇ ਉੱਤੇ ਫਿਰ ਹਾਥੀ ਦਾ ਸਿਰ ਲਾਤਾ ਫਿਰ ਉਹਦੀ ਸਵਾਰੀ ਜਿਹੜੀ ਚੂਹਾ ਬਣਾ ਦਿੱਤੀ ਵੇ ਤੁਸੀਂ ਇਹ ਭਗਤੀ ਦੀਆਂ ਸਾਨੂੰ ਗੱਲਾਂ ਦੱਸ ਦੇ ਕਿ ਸਾਨੂੰ ਸਾਨੂੰ ਤੁਸੀਂ ਚੁਟਕਲੇ ਸੁਣਾਉਣ ਦੇ ਚੁਟਕਲੇ ਮਿਥਿਆਸ ਮਿਥਿਆਸ ਤੇ ਹੁਣ ਜਿਹੜਾ ਬੰਦਾ ਨਾਸਤਿਕ ਹੈ ਤੇ ਉਹਨੇ ਤੇ ਸਵਾਲ ਕਰਨਾ ਤੁਸੀਂ ਇਹਨੂੰ ਆਸਥਾ ਤੇ ਉੱਤੇ ਠੇਸ ਨਾ ਨਾ ਕਹੋ ਜੇ ਤੁਹਾਡਾ ਸਿਸਟਮ ਠੀਕ ਆ ਤੇ ਤੁਸੀਂ ਆਪਣੇ ਉਸ ਗਿਆਨ ਦੇ ਨਾਲ ਅਗਲੇ ਦੀ ਤਸੱਲੀ ਕਰਾਓ ਸੀ ਕਿ ਇਹਨੇ ਤੁਹਾਡੇ ਨਾਲ ਸਵਾਲ ਕਰੋ ਲੋਕੀ ਕਈ ਵਾਰੀ ਪ੍ਰਭੂ ਜੀ ਐਸਐਮਸੀ ਦੇ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲ ਦਿੰਦੇ ਆ ਅਸੀਂ ਉਹਨਾਂ ਨਾਲ ਝਗੜਦੇ ਥੋੜੀ ਕਿਉਂਕਿ ਸਾਨੂੰ ਪਤਾ ਨਾ ਕੋਈ ਗਿਆਨ ਨੀਗਾ ਤੇ ਪਰਮੇਸ਼ਵਰ ਨੇ ਸਾਨੂੰ ਇਹ ਗਿਆਨ ਸਿਖਾਉਣ ਦੇ ਲਈ ਬੁਲਾਇਆ ਆ ਤੇ ਅਸੀਂ ਉਹਨਾਂ ਨੂੰ ਬੜੀ ਨਮਰਤਾ ਦੇ ਨਾਲ ਫਿਰ ਵੀ ਜਵਾਬ ਦਿੰਨੇ ਅਸੀਂ ਉਹਨਾਂ ਨਾਲ ਲੜਦੇ ਥੋੜੀ ਇੱਕ ਸਿੱਖ ਭਾਈ ਐ ਇਥੇ ਆਪਣੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਉਹਨਾਂ ਦੇ ਪਿਛਲੇ ਸਮੇਂ ਚ ਬੜੀ ਟਕਰਾਅ ਹੋਈ ਸੀਗੀ ਮੇਰੇ ਨਾਲ ਤੇ ਮੈਂ ਉਹਨਾਂ ਕਿਹਾ ਮੈਂ ਕਿਹਾ ਵੀ ਮੈਂ ਤੇ ਬਚਪਨ ਤੇ ਇੱਕੋ ਗੱਲ ਸੁਣਨ ਦਾ ਆਇਆ ਵੀ ਸਿੱਖਾਂ ਦਾ ਮੰਨ ਨਹੀਂਵਾ ਤੇ ਮਤ ਉੱਚੀ ਤੇ ਮੈਂ ਕਿਹਾ ਮੈਂ ਵੀ ਸਿੱਖ ਪਰਿਵਾਰ ਦੇ ਵਿੱਚੋਂ ਤੇ ਨਾ ਮੈਂ ਆਪਣੇ ਪਰਿਵਾਰ ਦੇ ਵਿੱਚ ਮਾਤੂਚੀ ਦੇਖੀ ਤੇ ਨਾ ਮੈਂ ਤੇਰੇ ਵਿੱਚ ਦੇਖੀ ਵੀ ਜਦੋਂ ਅਸੀਂ ਮਾਤੂਚੀ ਦਾ ਪ੍ਰਮਾਣ ਦੇਣ ਦਾ ਸਾਡੀ ਕੋ ਵਾਰੀ ਆਉਂਦੀ ਆ ਉਦੋਂ ਅਸੀਂ ਤਲਵਾਰ ਚੁੱਕ ਲੈਂਦੇ ਆ ਇਹਦੇ ਉੱਤੇ ਉਹਨੂੰ ਕਹਿੰਦੇ ਤੈਨੂੰ ਮਾਰ ਦੇਣਾ ਤੈਨੂੰ ਸੋਦਾ ਲਾ ਦੇਣਾ ਤੇ ਫਿਰ ਮਾਤੂਚੀ ਦਾ ਤੇ ਮਤਲਬ ਇਹ ਹੈ ਨਾ ਵੀ ਤੁਹਾਡੇ ਨਾਲ ਕਿਸੇ ਨੇ ਸਵਾਲ ਕੀਤਾ ਹੈ ਤੇ ਤੁਸੀਂ ਆਪਣੀ ਉੱਚੀ ਮੱਤ ਦਾ ਪ੍ਰਮਾਣ ਦਿੰਦਿਆਂ ਹੋਇਆਂ ਤਲਵਾਰ ਦਾ ਸਹਾਰਾ ਨਾ ਲਓ ਜਿਹੜੀ ਬੰਦੇ ਦੇ ਸ਼ਰੀਰ ਨੂੰ ਮਾਰਦੀ ਆ ਬਲਕਿ ਉਸ ਆਤਮਿਕ ਤਲਵਾਰ ਦਾ ਸਹਾਰਾ ਲਓ ਜਿਹੜੀ ਉਹਦੇ ਅੰਦਰ ਜਾ ਕੇ ਕੰਮ ਕਰੇ ਤੇ ਇਹਦਾ ਮਤਲਬ ਜਦੋਂ ਤਰਵਾਰ ਜਸਮਾਨੀ ਤਰਵਾਰ ਚੁੱਕਦਾ ਮਤਲਬ ਹਾਰਿਆ ਹੋਇਆ ਬੰਦਾ ਹਥਿਆਰ ਚੁੱਕਦਾ ਤੇ ਜੇ ਗਿਆਨ ਹੈ ਤਾਂ ਫਿਰ ਗਿਆਨ ਦੇਣਾ ਗੱਲ ਕਰੋ ਹੁਣ ਤੁਸੀਂ ਮੇਰਾ ਸਵਾਲ ਕੀਤਾ ਹੈ ਤੇ ਮੈਂ ਤੁਹਾਨੂੰ ਹੁਣ ਪੂਰਾ ਉਹਦਾ ਜਵਾਬ ਦੇ ਕੇ ਹੀ ਉੱਠਣਾ ਫਿਰ ਅੱਗੇ ਜਾ ਕੇ ਤੁਹਾਨੂੰ ਪੁੱਛਣਾ ਹਾਂ ਜੀ ਭੈਣ ਜੀ ਹੁਣ ਇਹਦੇ ਵਿੱਚ ਵੀ ਕੋਈ ਸਵਾਲ ਹੈਗਾ ਦੱਸੋ ਤੇ ਗਿਆਨ ਤੇ ਇਹਨੂੰ ਕਹਿੰਦੇ ਨਾ ਹੁਣ ਮੈਂ ਕਹਾਂ ਨਹੀਂ ਤੁਸੀਂ ਇਹ ਸਵਾਲ ਕੀਤਾ ਕਰ ਲਈ ਤੁਸੀਂ ਮੈਨੂੰ ਲੱਗਦਾ ਤੁਹਾਡੇ ਅੰਦਰ ਤੇ ਦੁਸ਼ਟ ਆਤਮਾ ਕੰਮ ਕਰਦਾ ਪਿਆ ਆ ਤੁਸੀਂ ਤਾਂ ਬਹੁਤ ਰੋਂਗ ਚਲੇ ਗਏ ਆ ਤੇ ਤੁਸੀਂ ਅਗਲੀ ਵਾਰੀ ਤੋਂ ਇਹਨਾਂ ਚੰਗਾ ਜੇ ਮੇਰੀ ਤੁਹਾਡੇ ਤੋਂ ਤੌਬਾ ਹੈ ਤੇ ਮੈਂ ਤੇ ਇਥੋਂ ਮਤਲਬ ਕਹਿੰਦਾ ਭਾਵੇਂ ਗਲਤੀ ਨਾ ਜਾ ਗਈਆਂ ਤੇ ਗਾਹ ਵਾਸਤੇ ਨਹੀਂ ਹੋਦੀ ਇਹੇ ਹੋਗਾ ਐਂਡ ਤੇ ਜਾ ਗਈ ਲੇਕਿਨ ਇੱਕ શિક્ષਕ ਦਾ ਮਤਲਬ ਕੀ ਹੈ ਉਹਨੇ ਲੋਕਾਂ ਨੂੰ ਧਰਮ ਦਾ ਮਾਰਗ ਦਸਣਾ ਔਰ ਬੜੇ ਸਲੀਕੇ ਦੇ ਨਾਲ ਬੜੇ ਸਬਰ ਦੇ ਨਾਲ ਬੜੀ ਤਸੱਲੀ ਦੇ ਨਾਲ ਮੈਂ ਨਹੀਂ ਸਮਝਦਾ ਵੀ ਗੁਰੂ ਨਾਨਕ ਦੇਵ ਕਦੀ ਇਦਾਂ ਕਿਸੇ ਨਾਲ ਲੜੇ ਹੋਣਗੇ ਮੈਂ ਨਹੀਂ ਸਮਝਦਾ ਗੁਰੂ ਅਰਜਨ ਦੇਵ ਕਿਸੇ ਨਾਲ ਤਕਰਾਰ ਕੀਤੀ ਹੋਗੀ ਮੈਨੂੰ ਸਮਝਦਾ ਗੁਰੂ ਤੇਗਪਾਤਾ ਨੇ ਕਿਸ ਨੇ ਇਸ ਤਰ੍ਹਾਂ ਵਿਹਾਰ ਕੀਤਾ ਹੋਗਾ ਇਹਨਾਂ ਨੇ ਨੌ ਗੁਰੂਆਂ ਦੇ ਉਸ ਜ਼ਬਰਦਸਤ ਵਿਹਾਰ ਨੂੰ ਨੇ ਆਪਣੇ ਜਿਵੇਂ ਜਪਨਾਇਆ ਕਿਉਂ ਕਿ ਉਹ ਔਖਾ ਤਤੀ ਤਵੀ ਤੇ ਬਹਿਣਾ ਔਖਾ ਤਲਵਾਰ ਚੁੱਕ ਕੇ ਕਿਸੇ ਦੀ ਧੌਣ ਲਾਉਣਾ ਸੌਖਾ ਹੈ ਇਸਰਕੇ ਨਾਲ ਗੁਰਗੋਬ ਸਿੰਘ ਜਿਆਦਾ ਚੰਗਾ ਲੱਗਦਾ ਗੁਰਗੋਬ ਸਿੰਘ ਨੂੰ ਚੰਗਾ ਲੱਗਦਾ ਕੀ ਕਰਨੇ ਆ ਕਿਉਂਕਿ ਬਾਕੀਆਂ ਨੇ ਕੁਰਬਾਨੀ ਦੇਣ ਦੀ ਗੱਲ ਕੀਤੀ ਐ ਕੁਰਬਾਨੀ ਦੇਣੀ ਔਖੀ ਐ ਪਰ ਜਿਹੜਾ ਦਸਮਾ ਆਇਆ ਉਹਨੇ ਕਿਹਾ ਵੀ ਨਹੀਂ ਜੇ ਕੋਈ ਮਤਲਬ ਜ਼ੁਲਮ ਕਰਦਾ ਉਹਨਾਂ ਤਾਂ ਜ਼ੁਲਮ ਜਿਹੜਾ ਕਰਨਾ ਜੇ ਗਲਤ ਐ ਤੇ ਫਿਰ ਜ਼ੁਲਮ ਸਹਿਣਾ ਵੀ ਉਹ ਫਿਰ ਐ ਚੰਗਾ ਲੱਗਾ ਅੱਜ ਸਾਡੇ ਕ੍ਰਿਸ਼ਚਾਂ ਵਿੱਚ ਵੀ ਇਹ ਹੁੰਦਾ ਸਾਡੇ ਇੱਕ ਮੰਚਾਂ ਨੂੰ ਪੂਰਾ ਕਰਨ ਦਾ ਮਤਲਬ ਤੁਹਾਨੂੰ ਖੁਸ਼ ਕਰਨ ਦਾ ਵਜਨ ਸੁਣਾਉਂਗਾ ਤੁਹਾਨੂੰ ਬੜਾ ਚੰਗਾ ਲੱਗਣਾ ਤੇ ਕਿਹਾ ਵਾਹ ਵੀ ਇਦਾਂ ਦੇ ਪਾਦਰੀ ਸੰ ਚਾਹੀਦਾ ਸਾਡੀ ਮਾਨ ਦੀ ਸਾਡੇ ਮੰਦੇ ਗੱਲਾਂ ਸਾਡੇ ਮਨ ਨੂੰ ਖੁਸ਼ ਕਰਨੀਆਂ ਗੱਲਾਂ ਸਾਡੇ ਸਾਡਿਆਂ ਵਾਂਗ ਜਿੱਦਾਂ ਦਾ ਅਸੀਂ ਚਾਹੁੰਦੇ ਸੀ ਨਾ ਅੱਜ ਉਦਾਂ ਦੇ ਸੁਣਾ ਗਿਆ ਇਹਦਾ ਮਤ ਤੁਸੀਂ ਚਾਹੁੰਦੇ ਸੀ ਤੁਹਾਡੇ ਮਤਲਬ ਦਾ ਕੋਈ ਤੁਹਾਨੂੰ ਸੁਣਾਉਣ ਵਾਲਾ ਆਵੇ ਤੁਸੀਂ ਇਦਾਂ ਨਹੀਂ ਚਾਹੁੰਦੇ ਕੋਈ ਆਵੇ ਜਿਹੜਾ ਪਰਮੇਸ਼ਰ ਦੀ ਮਰਜ਼ੀ ਸਾਨੂੰ ਦੱਸੇ ਭਗਤੀ ਕੀ ਹੈ ਭਲਾ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਜਾਣਨ ਦੇ ਲਈ ਬੁਲਾਏ ਗਏ ਆ ਅਸੀਂ ਆਪਣੀਆਂ ਮਰਜ਼ੀਆਂ ਉਹਦੇ ਅੱਗੇ ਰੱਖਣ ਦੇ ਲਈ ਨਹੀਂ ਬੁਲਾਏ ਗਏ 100 ਸਾਲ ਦੀ ਉਮਰ ਦੇ ਵਿੱਚ ਅਬਰਾਹਮ ਨੂੰ ਬੇਟਾ ਮਿਲਦਾ ਵੈਸਾ ਇਨਸਾਨ ਕਿਉਂਕਿ ਯੋਨਾ ਨੂੰ ਪ੍ਰਭੂ ਯਸੂਸੀ ਨੇ ਇੱਕ ਉੱਚਾ ਮਕਾਮ ਦਿੱਤਾ ਜ ਜਨੇ ਬਪਤਿਸਮਾ ਦਿੱਤਾ ਸੀ ਇਸ ਕਰਕੇ ਕਿਉਂਕਿ ਪ੍ਰਭੂ ਨੂੰ ਬਪਤਿਸਮਾ ਦੇਣ ਦੇ ਲਈ ਉਹਦਾ ਰਸਤਾ ਤਿਆਰ ਕਰਨ ਦੇ ਲਈ ਉਹਨੂੰ ਠਹਿਰਾਇਆ ਗਿਆ ਸੀ ਤੇ ਪ੍ਰਭੂ ਯਸੂਸੀ ਕਹਿੰਦਾ ਵੀ ਜਿੰਨੇ ਵੀ ਔਰਤਾਂ ਤੋਂ ਪੈਦਾ ਹੋਏ ਉਹਨਾਂ ਵਿੱਚ ਯੋਨਾ ਨਾਲੋਂ ਵੱਡਾ ਕੋਈ ਨਹੀਂ ਬਾਅਦ ਵਿੱਚ ਇਹਦੇ ਯੋਨਾ ਦੇ ਜੀਵਨ ਸਾਡੇ ਅੱਗੇ ਬੜਾ ਥੋੜਾ ਜਿਹਾ ਸਾਨੂੰ ਨਜ਼ਰ ਆਉਂਦਾ ਲੇਕਿਨ ਉਹਦੀ ਮਹਾਨਤਾ ਇਹ ਵੀ ਪ੍ਰਭੂ ਯਸਮ ਸਿੰਘ ਨੂੰ ਬਫਦਸਵਾ ਦਿੱਤਾ ਹੈ ਤੇ ਕਲਾਸ ਮਦਰ ਕਹਿੰਦਾ ਭਾਬੀ ਉਹਦੇ ਆਉਣ ਤੋਂ ਪਹਿਲਾਂ ਉਹਦਾ ਰਸਤਾ ਤਿਆਰ ਕਰਨ ਦੇ ਲਈ ਆਇਆ ਲੇਕਿਨ ਅਗਰ ਅਸੀਂ ਅਬਰਾਹਮ ਦੀ ਜ਼ਿੰਦਗੀ ਨੂੰ ਦੇਖੀਏ ਤੇ ਉਹਦੇ ਵਰਗਾ ਨਾ ਤੇ ਕੋਈ ਹੈਗਾ ਤੇ ਨਾ ਕੋਈ ਹੋ ਹੀ ਸਕਦਾ ਤੇ ਉਹਦੇ ਨਾਲ ਹੀ ਸਾਰਾ ਉਹ ਜਿੱਦਾਂ ਕਹਿੰਦੇ ਨਾ ਸਿੱਖਾ ਜਿਹਾ ਕਹਾਵਤ ਆ ਵੀ ਗੋਇੰਦਵਾਲ ਸਿੱਖੀ ਦਾ ਧੁਰਾ ਅਸੀਂ ਸਕੂਲੇ ਪੜ੍ਹਦੇ ਹੁੰਦੇ ਸੀ ਉਹਦੇ ਹੁੰਦੇ ਸੀ ਉਸੇ ਤਰ੍ਹਾਂ ਅਬਰਾਹਮ ਆ ਉਹ ਉਹ ਬਾਈਬਲ ਦਾ ਧੁਰਾ ਆ ਇਵਨ ਇਤਦਾ ਕਿ ਯਿਸੂ ਮਸੀਹ ਦੇ ਵਿੱਚ ਅਸੀਂ ਜਿਹੜਾ ਨੇ ਈਮਾਨ ਲਿਆਂਦਾ ਨਾ ਉਹਨਾਂ ਨੂੰ ਅਬਰਾਹਮ ਦਾ ਵੰਸ਼ ਹੋਣ ਦਾ ਅਧਿਕਾਰ ਦਿੱਤਾ ਗਿਆ ਤੇ ਯਿਸੂ ਮਸੀਹ ਵਿੱਚ ਆਏ ਲੋਕ ਅਬਰਾਹਮ ਦਾ ਵੰਸ਼ ਕਹੋਂਦੇ ਆ ਇਹੋ ਜਿਹਾ ਸ਼ਖਸ ਇਹੋ ਜਿਹਾ ਧਰਮੀ ਬੰਦਾ 99 ਸਾਲ ਗੁਜ਼ਰ ਗਏ ਆ ਤੇ ਔਲਾਦ ਨਹੀਂ ਗੀ ਕੀ ਦਵਾਵਾ ਕਰਦਾ ਹੋਊਗਾ ਕੀ ਪਰਮੇਸ਼ਵਰ ਨਾਲ ਗਿਲਾ ਨਹੀਂ ਕਰਦਾ ਹੋਊਗਾ ਕੀ ਵਜਾ ਵੀ 75 ਸਾਲ ਦੀ ਉਮਰ ਦੇ ਵਿੱਚ ਖੁਦਾ ਨੇ ਬੁਲਾ ਕੇ ਉਹਦਾ ਘਰ ਛੁਡਾਇਆ ਉਹਨੇ 90 ਸਾਲ ਦੀ ਉਮਰ ਵਿੱਚ ਜਾ ਕੇ ਪਰਮੇਸ਼ਰ ਕਹਿੰਦਾ ਵੀ ਆਉਣ ਵਾਲੇ ਸਾਲ ਦੇ ਵਿੱਚ ਤੇਰੀ ਪਤਨੀ ਇੱਕ ਪੁੱਤਰ ਨੂੰ ਜਨਮ ਦੇਊਗੀ 24 ਸਾਲ ਦਾ ਸਮਾਂ ਲੰਘ ਗਿਆ 24 ਸਾਲਾਂ ਦੇ ਵਿੱਚ ਕੀ ਉਹਦੇ ਅੰਦਰ ਇਹੋ ਜਿਹੇ ਸਵਾਲ ਨਹੀਂ ਆਏ ਹੋਣਗੇ ਜਿਹੜੇ ਸਾਡੇ ਅੰਦਰ ਆਉਂਦੇ ਆ ਇਹ ਖੁਦਾ ਚਾਹੁੰਦਾ ਤੇ ਉਸ ਦਿਨ ਹੀ ਉਹਨੂੰ ਬਚਾ ਦੇ ਦਿੰਦਾ ਜਿੱਦੋਂ ਘਰੋਂ ਬੁਲਾਇਆ ਸੀ ਵੀ ਚੱਲ ਵੀ ਮੇਰਾ ਤੇ ਨਾਲ ਕਰਾਰੇ ਵੀ ਮੈਂ ਤੇ ਨਾਲ ਚੱਲਾਂਗਾ ਉਹਦੀ ਪਹਿਚਾਨ ਇਹ ਆ ਵੀ ਅੱਜ ਮੈਂ ਤੈਨੂੰ ਘਰੋਂ ਕੱਢਣ ਲੱਗਾ ਤੇ ਅਗਲੇ ਸਾਲ ਹੀ ਤੇਰੇ ਘਰ ਦੇ ਵਿੱਚ ਬੇਟਾ ਹੋਊਗਾ ਇਹ ਮੇਰਾ ਤੇਰੇ ਨਾਲ ਇੱਕ ਨੇਮ ਹੋਊਗਾ ਨਿਸ਼ਾਨੀ ਹੋਗੀ ਮੈਂ ਤੇਰੇ ਨਾਲ ਚੱਲੂਗਾ ਲੇਕਿਨ ਐਸਾ ਨਹੀਂ ਹੋਇਆ ਹਨਾ ਤੇ ਸਾਡੇ ਵਰਗਾ ਹੁੰਦਾ ਮੈਂ ਤੇਰੇ ਵਾਸਤੇ ਆਪਣਾ ਘਰ ਛੱਡ ਕੇ ਆ ਗਿਆ ਇੰਨੇ ਮੈਂ ਦੁੱਖ ਸਹਿਣ ਲਿਆ ਕਦੀ ਤੋਂ ਤੰਬੂ ਮੇਰਾ ਕਿਤੇ ਲੋਾਨਾ ਕਦੀ ਤੋਂ ਮੇਰਾ ਤੰਬੂ ਕਿਤੇ ਲੋਾਨਾ ਜਿੱਥੇ ਮੈਂ ਜਾਵੇ ਬੈਨਾ ਉੱਥੇ ਤੂੰ ਕਾਲਾ ਪਾ ਦੇਣਾ ਵੀ ਇਹ ਤੋਂ ਮੈਂ ਨਾ ਕੀ ਖੇਡਾ ਖੇਡਣ ਡਿਆ ਉਹ ਕੁਛ ਵੀ ਨਹੀਂ ਇਦਾਂ ਦਾ ਕਰਦਾ ਪਿਆ ਤੇ 24 ਸਾਲ ਬੀਤਣ ਤੋਂ ਬਾਅਦ ਖੁਦਾ ਕਹਿੰਦਾ ਉਹ ਵੀ ਆਪਣੀ ਮਰਜ਼ੀ ਦਾ ਖੁਦਾ ਕਹਿੰਦਾ ਉਹਦੇ ਕਹਿਣ ਦੇ ਉੱਤੇ ਨੇ ਵੀ ਹੁਣ ਉਹ ਸਮਾਂ ਆ ਗਿਆ ਜਿਹੜਾ ਨੇਮ ਮੈਂ ਤੇਨਾ ਬੰਨਣਾ ਸੀ ਤੇਰੀ ਸੰਤਾਨ ਦੇ ਨਾਲ ਉਹ ਸਮਾਂ ਹੁਣ ਆ ਗਿਆ ਹੁਣ ਉਹ ਵਾਰਿਸ ਪੈਦਾ ਹੋਣ ਵਾਲਾ ਹੈ ਜੇ ਤੋ ਇਹ ਸਾਰੇ ਸਿਸਟਮ ਜਿਹੜੇ ਉਹ ਕੀ ਹੋਣਗੇ ਚੱਲਣਗੇ ਤੇ ਅਬਰਾਹਮ ਨੇ 24 ਸਾਲ ਇੰਤਜ਼ਾਰ ਕੀਤਾ ਮੈਂ ਨਹੀਂ ਸਮਝਦਾ ਮਸੀਹ ਦੇ ਚ ਆਇਆ ਕਿੰਦਾ ਬੰਦਾ ਇਹੋ ਜਿਹਾ ਹੋਗਾ ਜਿਹਨੇ 24 ਸਾਲ ਕਿਸੇ ਚੀਜ਼ ਦੇ ਲਈ ਇੰਤਜ਼ਾਰ ਕੀਤਾ ਹੋਵੇ ਤੇ ਅਸੀਂ ਕੀ ਕਰਦੇ ਹਾਂ ਅਸੀਂ ਜਲਦੀ ਟੁੱਟ ਜਾਂਦੇ ਹਾਂ 24 ਸਾਲ ਦਾ ਸਮਾਂ ਅਸੀਂ ਕਹਿੰਦੇ ਮੈਨੂੰ 6 ਮਹੀਨੇ ਹੋ ਗਏ ਪ੍ਰਾਰਥਨਾ ਕਰਦਿਆਂ ਜੋ ਆਨ ਮਿਲਿਆ ਮੈਨੂੰ ਸਾਲ ਹੋ ਗਿਆ ਮੇਰਾ ਜਵਾਬ ਨਹੀਂ ਮਿਲਿਆ ਤੁਸੀਂ ਇਬਰਾਹਿਮ ਨੂੰ ਦੇਖੋ ਉਹਨੂੰ 24 ਸਾਲਾਂ ਵਿੱਚ ਜਵਾਬ ਨਹੀਂ ਮਿਲਿਆ ਪਰ ਉਹਦਾ ਉਹ ਸਭ ਕੁਝ ਹੋਣਾ ਸਾਡੇ ਲਈ ਇੱਕ ਤਸੱਲੀ ਦਾ ਸਬਬ ਬਣਿਆ ਤਾਂ ਕਿ ਅਸੀਂ ਬੇਦਿਲ ਨਾ ਹੋਈਏ ਅਗਰ ਖੁਦਾ ਇਬਰਾਹਿਮ ਨੂੰ ਨਿਰਧਿ ਨਿਮੇ ਸਾਲ ਦੀ ਉਮਰ ਦੇ ਵਿੱਚ ਬੁਲਾਉਣ ਤੋਂ ਬਾਅਦ 24 ਸਾਲਾਂ ਬਾਅਦ ਵੀ ਖੁਦਾ ਆਪਣੇਕਰਾਰ ਨੂੰ ਉਹਦੇ ਨਾਲ ਪੂਰਾ ਕਰ ਸਕਦਾ ਹੈ ਤੇ ਫਿਰ ਅੱਜ ਵੀ ਉਹੀ ਖੁਦਾ ਆ ਕਿਉਂਕਿ ਵਚਨ ਜੇ ਲਿਖਿਆ ਖੁਦਾ ਕਦੇ ਬਦਲਦਾ ਖੁਦਾ ਕਦੇ ਬਦਲਦਾ ਨਹੀਂ ਹੈ ਤੇ ਜਿਹੜਾ ਖੁਦਾ ਬਦਲਦਾ ਨਹੀਂ ਹੈ ਤੇ ਉਹ ਅੱਜ ਵੀ ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ ਸੋ ਜਿਵੇਂ ਭੈਣ ਜਿਹੜਾ ਸਵਾਲ ਕੀਤਾ ਵੀ ਸਾਢੇ 3 ਸਾਲ ਹੋ ਗਏ ਤੇ ਮੇਰੀ ਇਹ ਜਿਹੜੀ ਦੁਆ ਇਹ ਨਹੀਂ ਸੁਣੇਗੇ ਇਹ ਦੁਆ ਇਸ ਕਰਕੇ ਖੁਦਾ ਜਵਾਬ ਨਹੀਂ ਦੇ ਰਿਹਾ ਇਹ ਨਹੀਂ ਹੈ ਵੀ ਤੁਹਾਡੇ ਵਿੱਚ ਕੋਈ ਕਮੀ ਹੈ ਇਹਦੇ ਜਵਾਬ ਨਾ ਆਉਂਦਾ ਕਾਰਨ ਇਹ ਨਹੀਂ ਹੈ ਵੀ ਖੁਦਾ ਤੁਹਾਡੀ ਸੁਣਦਾ ਨਹੀਂ ਹੈ ਇਹ ਇਸ ਦੇ ਸਭ ਕੁਝ ਹੋ ਰਿਹਾ ਹੈ ਆ ਕਿ ਖੁਦਾ ਤੁਹਾਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਇਹ ਇਸ ਲਈ ਹੋ ਰਿਹਾ ਹੈ ਵੀ ਜਿੰਨਾ ਵਿੱਚ ਸਮਾਂ ਲੱਗੂਗਾ ਉਹਨਾਂ ਤੁਹਾਨੂੰ ਪਰਮੇਸ਼ਵਰ ਦੇ ਵਿੱਚ ਵਧਨ ਦਾ ਤੇ ਮਜ਼ਬੂਤ ਹੋਣ ਦਾ ਮੌਕਾ ਮਿਲੇਗਾ ਅਚਾਨਕ ਕੁਝ ਹੋ ਜਾਂਦਾ ਜਿਹੜਾ ਨਾ ਤੇ ਉਹਦੀ ਕਦਰ ਨਹੀਂ ਹੁੰਦੀ ਜੀਵਨ ਦੇ ਵਿੱਚ ਲੋਕੀ ਬੇਕਦਰੇ ਹੋਏ ਹੁੰਦੇ ਜਿਨ੍ਹਾਂ ਨੂੰ ਉਦਾਂ ਹੀ ਮਿਲ ਜਾਂਦਾ ਹੈ ਤੇ ਜਿਹਨਾਂ ਨੂੰ ਤਰਸ ਤਰਸ ਕੇ ਮਿਲਿਆ ਹੁੰਦਾ ਉਹਨਾਂ ਨੂੰ ਉਸ ਚੀਜ਼ ਦਾ ਫੇ ਪਤਾ ਹੁੰਦਾ ਸੋ ਇਸ ਲਈ ਸਮੇਂ ਕਾਲ ਨੂੰ ਕਦੇ ਇਹਨਾਂ ਦੇਖੋ ਵੀ ਮੈਨੂੰ ਕਿੰਨਾ ਸਮਾਂ ਹੋ ਗਿਆ ਹਨੋਕ ਲਿਖਿਆ 300 ਸਾਲਾਂ ਤੱਕ ਪਰਮੇਸ਼ਵਰ ਦੇ ਨਾਲ ਰਹਾ ਪਰਮੇਸ਼ਵਰ ਉਹਦੇ ਨਾਲ ਤੇ ਉਹ ਪਰਮੇਸ਼ਵਰ ਦੇ ਨਾਲ 300 ਸਾਲਾਂ ਤੱਕ ਚੱਲਦਾ ਰ ਬੜਾ ਬੜਾ ਲੰਬਾ ਸਮਾਂ ਅਸੀਂ ਕਿੰਨੀ ਦੇਰ ਚੱਲੇ ਅਸੀਂ ਬੜੀ ਜਲਦੀ ਹਾਰ ਜਾਈਦਾ ਕਈ ਵਾਰ ਨਹੀਂ ਬੜੀ ਜਲਦੀ ਥੱਕ ਜਾਈਦਾ ਤੇ ਬੜੀ ਜਲਦੀ ਟੁੱਟ ਜਾਈਦਾ ਲੇਕਿਨ ਇਹ ਸਾਰੀਆਂ ਉਦਾਹਰਨਾਂ ਆ ਸਾਡੇ ਅਗੇ ਇਹ ਨਬੀ ਇਹਨਾਂ ਦਾ ਡਿੱਗਣਾ ਇਹਨਾਂ ਦਾ ਉੱਠਣਾ ਇਹਨਾਂ ਦੇ ਜੀਵਨ ਚ ਹੋਈਆਂ ਗਲਤੀਆਂ ਇਹਨਾਂ ਦੀਆਂ ਖੂਬੀਆਂ ਇਹ ਸਾਰਾ ਕੁਝ ਸਾਡੇ ਲਈ ਇੱਕ ਦਰਸ਼ਤਾਨ ਤੇ ਆ ਵਿਜੇ ਕਿਤੇ ਮਸੀਹ ਵਿੱਚ ਕੋਈ ਡਿੱਗ ਪਵੇ ਤੇ ਉਹ ਹੁਣ ਇਹ ਨਾ ਸੋਚੇ ਵੀ ਡਿਗੇ ਰਹੂਗਾ ਉਥੇ ਦਲੇਰੀ ਦਿੰਦਾ ਹੈ ਵੀ ਤੁਸੀਂ ਇਬਰਾਹਿਮ ਨੂੰ ਦੇਖੋ ਉਹਦੇ ਕੋਲ ਵੀ ਗਲਤੀਆਂ ਹੋਈਆਂ ਸੀਗੀਆਂ ਲੇਕਿਨ ਖੁਦਾ ਉਹਦੇ ਨਾਲ ਚੱਲਿਆ ਤੁਸੀਂ ਦੌਦ ਦੇ ਜੀਵਨ ਦੇਖੋ ਉਹਦੇ ਕੋਲ ਗਲਤੀਆਂ ਹੋਈਆਂ ਸੀ ਲੇਕਿਨ ਖੁਦਾ ਉਹਦੇ ਨਾਲ ਚੱਲਿਆ ਇਸ ਕਰਕੇ ਤੁਸੀਂ ਬੇਦਿਲ ਨਾ ਹੋਵੋ ਬਲਕਿ ਆਪਣੇ ਉੱਤੇ ਗੌਰ ਕਰੋ ਤੇ ਜੇ ਤੁਸੀਂ ਡਿੱਗੇ ਆਂ ਤੇ ਫਿਰ ਉਹਨਾਂ ਵਾਂਗੂ ਪਛਤਾਪ ਕਰੋ ਤੇ ਜਦੋਂ ਤੁਸੀਂ ਉਹਨਾਂ ਵਾਂਗੂ ਪਛਤਾਪ ਕਰੋਗੇ ਤੇ ਪਰਮੇਸ਼ਵਰ ਜੇ ਉਹਨਾਂ ਨੂੰ ਮਾਫ ਕਰ ਸਕਦਾ ਆ ਤੇ ਅੱਜ ਤੁਹਾਨੂੰ ਵੀ ਮਾਫ ਕਰਨ ਦੀ ਕੁਦਰਤ ਰੱਖਦਾ ਆ ਨਾਲ ਨਾਲ ਅਸੀਂ ਇਹ ਵੀ ਸਬਕ ਲੈਣਾ ਹੈ ਵੀ ਪਰਮੇਸ਼ਵਰ ਮਾਫ ਕਰਨ ਦੀ ਕੁਦਰਤ ਰੱਖਦਾ ਤੇ ਅਸੀਂ ਫੇਰ ਗਲਤੀਆਂ ਨਹੀਂ ਕਰਨੀਆਂ ਅੱਜ ਅੱਜ ਜਿਹੜਾ ਜਾਰਾ ਸਿਸਟਮ ਜਿਹੜਾ ਨਾ ਲੋਕਾਂ ਨੂੰ ਗੁਮਰਾਹ ਇਸੇ ਕਰੀ ਉਹਨੇ ਪ੍ਰਭੂ ਤੇ ਬੜਾ ਦਿਆਇਵਾਨ ਹੈ ਪ੍ਰਭੂ ਤੇ ਬੜਾ ਕਿਰਪਾਲੂ ਪ੍ਰਭੂ ਤੇ ਬੜਾ ਦਿਆਲੂ ਉਹਨੇ ਉਹ ਤੇ ਮਾਫ ਕਰ ਹੀ ਦਿੰਦਾ ਤੇ ਅਸੀਂ ਫੇਰ ਗਲਤੀਆਂ ਤੇ ਗਲਤੀਆਂ ਕਰਦੇ ਰਹਿੰਨੇ ਤਾਂ ਉਹਦੇ ਦੇ ਵਚਨ ਚ ਲਿਖਿਆ ਕਹਿੰਦਾ ਜਿਹੜਾ ਜਾਣ ਬੁੱਝ ਕੇ ਇਹ ਕੰਮ ਕਰਦਾ ਨਾ ਉਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਦੇ ਹੇਠ ਮਿਦਦਾ ਤੇ ਹੁਣ ਤੁਸੀਂ ਇਹ ਹਾਲਾ ਲ ਲਿਖਿਆ ਵਚਨ ਦੇ ਵਿੱਚ ਕਿ ਜੁੰਦੇ ਪਰਮੇਸ਼ਰ ਦੇ ਹੱਥੀਂ ਪੈਣਾ ਬੜਾ ਭਿਆਨਕ ਹੈ ਤੇ ਹੁਣ ਜੇ ਅਸੀਂ ਜਾਣਬੁੱਝ ਕੇ ਉਹਦੇ ਲਹੂ ਨੂੰ ਜਿਹੜਾ ਲਹੂ ਸਾਡੇ ਨਜਾਤ ਤੇ ਛੁਟਕਾਰੇ ਦੇ ਲਈ ਬਹਾਇਆ ਗਿਆ ਜੇ ਅਸੀਂ ਉਹਨੂੰ ਜਾਣਬੁੱਝ ਕੇ ਮਿੱਦਦੇ ਆਂ ਤੇ ਫਿਰ ਅਸੀਂ ਕਿਸੇ ਵੀ ਕੀਮਤ ਉੱਤੇ ਮਾਫ਼ ਨਹੀਂ ਕੀਤੇ ਜਾ ਸਕਦਾ ਤੇ ਪਰਮੇਸ਼ਰ ਸਾਨੂੰ ਛੱਡ ਦਿੰਦਾ ਜਦੋਂ ਅਸੀਂ ਢੀਠ ਤੇ ਮੰਨਮਤੀ ਇਹ ਹੋ ਜਾਂਦੇ ਆ ਪਰਮੇਸ਼ਰ ਸਾਨੂੰ ਛੱਡ ਦਿੰਦਾ ਤੇ ਇੱਥੇ ਖਤਰਨਾਕ ਸਾਡੇ ਨਾਲ ਕੰਮ ਇਹ ਹੁੰਦਾ ਸਾਨੂੰ ਇਦਾਂ ਹੀ ਲੱਗਦਾ ਪਰਮੇਸ਼ਰ ਸਾਡੇ ਨਾਲ ਆ ਖਤਰਾ ਇਹਦਾ ਨਾ ਇਹ ਇਹ ਨਹੀਂ ਲੋਕਾਂ ਨੂੰ ਅੱਜ ਤੱਕ ਸੇਵਕ ਦੱਸ ਦੇ ਵੀ ਖਤਰਾ ਕੀ ਹੈ ਖਤਰਾ ਇਹ ਹੈ ਜਦੋਂ ਤੁਸੀਂ ਪਰਮੇਸ਼ਵਰ ਨਾਲ ਚੱਲਦੇ ਸੀ ਤੁਸੀਂ ਦੁਆਵਾਂ ਕਰਦੇ ਸੀ ਪਰਮੇਸ਼ਵਰ ਤੁਹਾਡੀ ਸੁਣਦਾ ਸੀ ਤੁਹਾਨੂੰ ਜਵਾਬ ਮਿਲਦਾ ਸੀ ਜਦੋਂ ਪਰਮੇਸ਼ਵਰ ਛੱਡ ਦਿੰਦਾ ਹੈ ਇਹ ਸਭ ਕੁਝ ਉਦੋਂ ਵੀ ਚੱਲਦਾ ਹੈ ਸਮਝੇ ਕਿ ਮੇਰੀ ਗੱਲ ਨੂੰ ਜਦੋਂ ਪਰਮੇਸ਼ਵਰ ਤੁਹਾਨੂੰ ਛੱਡ ਦਿੰਦਾ ਨਾ ਇਹ ਉਦੋਂ ਵੀ ਚੱਲਦਾ ਰਹਿੰਦਾ ਹੈ ਬਸ ਇਹ ਹੈ ਜਿਹੜਾ ਤੁਹਾਨੂੰ ਨਜਾਤ ਤੁਹਾਡੀ ਹੋਣ ਨਹੀਂ ਫਿਰ ਦਊਗਾ ਕਿਉਂ ਕਹਿੰਦਾ ਉਸ ਵਕਤ ਬਥੇਰੇ ਮੈਨੂੰ ਕਹਿਣਗੇ ਅਸੀਂ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਕਿਹਦੇ ਨਾਮ ਜੀ ਕੱਢਦੇ ਪਏ ਅਸੀਂ ਤੇਰਾ ਨਾਮ ਲੈ ਕੇ ਬਿਮਾਰਾਂ ਨੂੰ ਚੰਗਿਆ ਨਹੀਂ ਕੀਤਾ ਇਹਦਾ ਮਤਲਬ ਏ ਉਹ ਪ੍ਰਭੂ ਯਸਮਸੀ ਦੇ ਨਾਜ ਭੂਤਾਂ ਨੂੰ ਕੱਢਦੇ ਵੀ ਆ ਉਹ ਪ੍ਰਭੂ ਯਿਸੂ مسیਹ ਦੇ ਨਾਂ 'ਚ ਬਿਮਾਰਾਂ ਨੂੰ ਠੰਗਿਆ ਵੀ ਕਰਦੇ ਆ। ਉਹ ਭੁੱਖਵਾਨੀਆਂ ਵੀ ਕਰਦੇ ਆ। ਉਹਨਾਂ ਦੇ ਦੁਆਰਾ ਕਰਾਮਾਤਾਂ ਵੀ ਹੁੰਦੀਆਂ ਲੇਕਿਨ ਪ੍ਰਭੂ ਕੀ ਡਿਸੀਜਨ ਦੇ ਅੱਗੇ ਆਪਣਾ। ਕਹਿੰਦਾ ਐ ਕੁੱਕਰ ਵੀ ਹੋ। ਐ ਜਨਾਹ ਕਰੋ। ਮੇਰੇ ਤੋਂ ਦੂਰ ਹੋ ਜਾਓ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਤੇ ਫਿਰ ਜਦੋਂ ਪ੍ਰਭੂ ਐਲਾਨ ਕਰਦਾ ਪਿਆ ਵੀ ਮੈਂ ਸਾਫ਼ ਕਹਿ ਦਊਗਾ ਮੈਂ ਕੀ ਹੈ ਭਲਾ। ਮੈਂ ਤੁਹਾਨੂੰ ਜਾਣਦਾ ਨਹੀਂ ਤੇ ਅਗੰਮ ਗਿਆਨ ਦੇ ਚ ਪ੍ਰਭੂ ਯਿਸੂ ਸਿਸ ਨੂੰ ਪਤਾ ਵੀ ਇਹ ਸਭ ਕੁਝ ਕਰਨਗੇ ਤੇ ਅਗੰਮ ਗਿਆਨ ਚ ਦੇਖ ਕੇ ਹੀ ਪ੍ਰਭੂ ਪ੍ਰਭੂ ਕਿਦਾਂ ਗੱਲ ਕਰਦਾ ਵੇ ਪ੍ਰਭੂ ਤੇ ਉਹਨਾਂ ਨੂੰ ਆਪਣੇ ਸਾਹਮਣੇ ਖੜੇ ਦੇਖਦਾ ਪਿਆ ਆ ਤੇ ਦੱਸਦਾ ਪਿਆ ਆ ਵੀ ਮੈਂ ਸਾਫ਼ ਕਹਿ ਦੂੰਗਾ ਐ ਕੁਕਰਮੀਆਂ ਮੇ ਤੋ ਦੂਰ ਹੋ ਜਾ ਕਿਉਂਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਤੇ ਜਦੋਂ ਪ੍ਰਭੂ ਜਾਣਦਾ ਨਹੀਂ ਤੇ ਫਿਰ ਇਹ ਇੰਨੇ ਕੰਮ ਕਿੱਥੇ ਕਰਦੇ ਰਹੇ ਇਹ ਇੰਨੇ ਕੰਮ ਕਿਦਾਂ ਕਰਦੇ ਰਹੇ ਇਹ ਇਸੇ ਤਰ੍ਹਾਂ ਕਰਦੇ ਰਹੇ ਵੀ ਪਹਿਲਾਂ ਥੋੜੀ ਦੇਰ ਪ੍ਰਭੂ ਨਾਲ ਚੱਲੇ ਪ੍ਰਭੂ ਨੇ ਇਹਨਾਂ ਨੂੰ ਸੰਭਾਲ ਕੀਤਾ ਬਾਹਰ ਵਿੱਚ ਇਹ ਆਪਣੇ ਦੌਰ ਚ ਡਿੱਗ ਪਏ ਪ੍ਰਭੂ ਨੇ ਇਹਨਾਂ ਨੂੰ ਛੱਡ ਦਿੱਤਾ ਤੇ ਫਿਰ ਇਹਨਾਂ ਦਾ ਸਿਸਟਮ ਕਿਦਾਂ ਦਾ ਆ ਆ ਮੇਰੀ ਆਵਾਜ਼ ਅਜਾ ਰਿਕਾਰਡ ਹੋ ਰਹੀ ਤੇ ਵੀਡੀਓ ਬਣ ਰਹੀ ਹੈ ਅੱਜ ਮੈਂ ਮਰ ਜਾਣਾ ਹੈ ਇਹ ਤੇ ਰਹਿਣੀ ਹੈ ਨਾ ਹਾਂਜੀ ਇਹ 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 ਨਹੀਂ ਜਾਣੇ ਇਹ ਤੇ ਜਿੰਨੀ ਦੇਰ ਡਿਲੀਟ ਨਹੀਂ ਕਰਦੇ ਉਨੀ ਦੇਰ ਤੱਕ ਇਹ ਜਦੋਂ ਤੱਕ ਇਹ ਸਿਸਟਮ ਰਹਿਣਾ ਹੈ ਇਹ ਚੱਲਦੀ ਰਹਿਣੀ ਹੈ ਲੈਕਿਨ ਇਹ ਇਹਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਹਾਂ ਜੀ ਇੱਕ ਵਾਰੀ ਥੋੜਾ ਬਾਹਰ ਆਏ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਜਾਂ ਇਹਦੇ ਨਾਲ ਤੁਸੀਂ ਗੱਲਾਂ ਨਹੀਂ ਬਾਤ ਕਰ ਸਕਦੇ ਇਹਨੇ ਚੱਲਦੇ ਰਹਿਣਾ ਸੇਮ ਗੱਲ ਹੈ ਜਦੋਂ ਅਸੀਂ ਪ੍ਰਭੂ ਦੇ ਨਾਲ ਚੱਲਦੇ ਹਾਂ ਪ੍ਰਭੂ ਸਾਨੂੰ ਇਸਤੇਮਾਲ ਕਰਦਾ ਹੈ ਜਦੋਂ ਅਸੀਂ ਉਹਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲਦੇ ਪ੍ਰਭੂ ਸਾਨੂੰ ਛੱਡ ਦਿੰਦਾ ਹੈ ਤੇ ਫਿਰ ਉਹ ਰਿਕੋਰਡ ਹੋਇਆ ਜੀਵਨ ਹੀ ਆ ਉਹ ਚੱਲਦਾ ਰਹਿੰਦਾ ਹੈ ਪਰ ਪ੍ਰਭੂ ਸਾਡੇ ਨਾਲ ਪ੍ਰਭੂ ਸਾਡੇ ਨਾਲ ਨਹੀਂਗਾ ਤੇ ਸਾਡਾ ਜੀਵਨ ਭਲੇਖੇ ਦੇ ਵਿੱਚ ਹੀ ਗੁਜ਼ਰ ਜਾਂਦਾ ਵੀ ਪ੍ਰਭੂ ਕੀ ਹੈ ਆਪਣਾ ਸਾਡੇ ਨਾਲ ਮੈਂ ਇੱਕ ਵੀਡੀਓ ਦਿਖਾ ਕੇ ਤੁਹਾਨੂੰ ਅੱਗੇ ਵਧਣਾ ਚਾਹਨਾ ਤਾਂ ਕਿ ਤੁਸੀਂ ਮੈਨੂੰ ਤੁਸੀਂ ਮੈਨੂੰ ਦਸੀਓ ਵੀ ਇਹਦੇ ਵਿੱਚ ਕਿੰਨੀ ਇੱਕ ਵਧੀਆ ਗੱਲ ਹੈ ਤੇ ਕਿੰਨੀ ਕਿ ਸੱਚਾਈ ਹੈ ਤੇ ਜਿਨ੍ਹਾਂ ਨੂੰ ਲੋਕ ਇੰਨੀ ਇੱਜ਼ਤ ਮਹਿਮਾ ਦਿੰਦੇ ਆ ਤੇ ਇਹ ਜਿਹੜਾ ਜਿਹੜੇ ਆਤਮਾਪਾਸ਼ੇ ਲੋਕਾਂ ਨੂੰ ਮਿੰਟ 'ਚ ਪਤਾ ਲੱਗ ਜਾਂਦਾ ਵੀ ਇਹ ਇੱਥੇ ਸਮਥਿੰਗ ਰੋਂਗ ਹੈ ਪਰ ਬਾਕੀ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਇਹ ਰੋਂਗ ਹੈ ਆਪਣੇ ਕਲਚਰ ਦੇ ਵਿੱਚ ਅਸੀਂ ਕਿੱਦਾਂ ਪਛਾਣੀ ਹੈ ਨਾ ਤੇ ਹੁਣ ਫੇਸਬੁੱਕਾਂ ਵੀ ਹਾਂਜੀ ਫੇਸਬੁੱਕ ਵੀ ਬਿਲਕੁਲ ਲੋ ਜੀ ਇਹਨਾਂ ਦੇਖਿਓ ਤੁਸੀਂ ਫਿਰ ਮੈਨੂੰ ਦੱਸਿਓ ਆਪਣੇ ਵਿਚਾਰ ਏ ਜੀ ਦੋ ਪਾਸਟਰ ਹੈ ਜੀ ਇਹਨਾਂ ਦੀਆਂ ਗੁੱਤਾਂ ਦੇਖੋ ਇਹਨਾਂ ਦਾ ਸਟਾਈਲ ਦੇਖੋ ਇਹਨਾਂ ਦੇ ਵਾਲਾਂ ਵਿੱਚ ਹੱਥ ਫੇਰਨ ਦਾ ਸਟਾਈਲ ਦੇਖੋ ਤੇ ਵਾਲਾਂ ਨੂੰ ਸਾਈਡ ਤੋਂ ਇੱਕ ਕਰਨ ਦਾ ਤਰੀਕਾ ਦੇਖੋ ਇਹ بڑے ਨਮੂਨੇ ਅੱਜ ਕੱਲ ਇਦਾਂ ਦੇ ਉੱਠ ਰਹੇ ਆ ਇਹਦੇ ਇੱਕ ਵੀਡੀਓ ਲੋਕਾਂ ਦੇ ਨਾਲ ਕੰਧ ਦੇ ਨਾਲ ਹੱਥ ਖੜੇ ਕਰਵਾ ਕੇ ਨਾਲ ਕੰਧ ਦੇ ਨਾਲ ਤੇ ਕਹਿੰਦਾ ਮਸੀਹ ਯਸੂ ਦੇ ਨਾਮ ਵਿੱਚ ਕੰਧ ਦੇ ਨਾਲ ਇਹਦੇ ਹੱਥ ਜੋੜ ਜਾਣ ਠੀਕ ਹੈ ਤੇ ਇਹ ਉਹੀ ਨਮੂਨੇ ਆ ਤੇ ਉਹ ਮਤਲਬ ਲੋਕੀ ਫਿਰ ਉਹ ਕਹੇ ਇਹਨੂੰ ਪਿਛਵਾਰਾ ਵੇ ਇਹ ਤੋਂ ਕਰਾਮਾਤਾ ਤੇ ਬੱਚੇ ਨਹੀਂ ਖਿਆ ਵੀ ਹੋਣਗੀਆਂ ਪਰ ਜਾਦੂਗਰੀ ਦਾ ਤਾਂ ਨਹੀਂ ਲਿਖਿਆ ਠੀਕ ਹੈ ਆਸਟ੍ਰੇਲੀਆ ਭਲੇਖੇਲੇ ਵੇਖੋ ਜਿਹੜੇ ਬੋਲ ਛੁੱਟਦੇ ਵਰਦੇ ਮੈਂ ਹੁਣ ਉਹੜਾ ਤੇ ਹੋਣ ਲੱਗਾ ਆਂ ਇਸ ਵਕਤ ਇਹ ਜਿਹੜੇ ਦੋ ਨਮੂਨੇ ਇਹਨਾਂ ਦਾ ਕੋਈ ਕਸੂਰ ਨਹੀਂਗਾ ਅੰਗ ਪੁੱਟ ਕੇ ਇਹਰੇ ਥੱਲੇ ਮੈਂ ਗੁੱਸੇ ਦੇ ਨਾਲ ਕਮੈਂਟ ਕੀਤਾ ਮੈਂ ਕਿਹਾ ਜੁੱਤੀਆਂ ਦੇ ਹੱਕਦਾਰ ਇਹ ਦੋ ਬੰਦੇ ਨੇਗੇ ਮੇਰੇ ਪਾਂਦੇ ਬੰਦ ਜੁੱਤੀਆਂ ਦੇ ਹੱਕਦਾਰ ਇਹ ਦੋ ਬੰਦੇ ਨੇਗੇ ਇਹ ਜਿਹੜੇ ਇਹਨਾਂ ਦਾ ਇਸ ਤਰੀਕੇ ਦਾ ਵੈਲਕਮ ਕਰਨ ਦੇ ਨਾ ਇਹ ਹੈ ਇਹਨਾਂ ਨੇ ਇਹੋ ਜਿਹੇ ਝੂਠਿਆਂ ਨੂੰ ਜਗ੍ਹਾ ਦਿੱਤੀ ਹੋਈ ਹੈ ਤੇ ਇਹ ਕੀ ਸਮਝਦੇ ਆ ਜੀ ਇੱਥੇ ਆਤਮਾ ਦਾ ਕੰਮ ਬੜਾ ਹੋ ਰਿਹਾ ਕੀ ਹੈ ਭਲਾ ਆਤਮਾ ਦਾ ਕੰਮ ਬੜਾ ਆਤਮਾ ਦਾ ਕੰਮ ਨੇ ਕੀ ਕੀਤਾ ਕਾਂਦੇ ਦੇ ਹੱਥ ਲਵਾ ਕੇ ਤੇ ਉੱਥੇ ਜੋ ਚਿਪਕਾ ਦਿੱਤੇ ਆ ਜੀ ਲੋਕਾਂ ਨੇ ਕਿਹਾ ਕੰਦਾ ਕੰਦਾ ਨੇ ਹੱਥ ਇਧਰ ਲਾ ਖੜੇ ਹੋ ਜਾ ਤੇ ਕਹਿੰਦਾ ਮੈਂ ਮਸਜਿਦ ਦੇ ਨਾਮ ਦੇ ਚ ਕੰਦਾ ਪ੍ਰਾਰਥਨਾ ਕਰਦਾ ਇਹਨਾਂ ਦੇ ਹੱਥ ਕਾਂਦੇ ਦਾ ਜੋ ਇਹਦੇ ਨਾਲ ਭਗਤੀ ਦਾ ਕੀ ਲੈਣਾ ਦੇਣਾ ਮੰਨ ਲਓ ਜੋੜ ਵੀ ਜਾਣਾ ਹੱਥ ਮੈਂ ਕਹਿੰਦਾ ਸੱਚੀ ਮੁੱਚੀ ਜੋੜੇ ਉਹ ਤੇ ਵੈਸੇ ਕੀਤਾ ਲੋਕਾਂ ਨੇ ਡਰਾਮਾ ਹੀ ਆ ਆਪਣੇ ਬੰਦੇ ਖੜੇ ਕੀਤੇ ਹੋਏ ਸੀ ਪਤਾ ਲੱਗਦਾ ਪਿਆ ਉਹਨਾਂ ਵੀਡੀਓ ਜੇ ਤੁਸੀਂ ਗੌਰ ਨਾਲ ਦੇਖੋਗੇ ਨਾ ਉਹ ਤੋਂ ਪਤਾ ਲੱਗਦਾ ਪਿਆ ਵੀ ਡਰਾਮਾ ਹੋ ਰਿਹਾ ਪਰ ਮੈਂ ਕਹਿੰਦਾ ਸੱਚੀ ਮੁੱਚੀ ਹੋ ਜਵੇ ਉਹਦਾ ਸਾਡੀ ਭਗਤੀ ਦੇ ਨਾਲ ਤੇ ਸਾਡੀ ਨਜ਼ਾਤ ਦੇ ਨਾਲ ਕੀ ਲੈਣਾ ਦੇਣਾ 71 ਪਹਾੜਾ ਚ ਗਏ ਸੀ ਤੇ ਉੱਥੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਵੀ ਇੱਕ ਬੜਾ ਵੱਡਾ ਮੌਜਾ ਹੋਇਆ ਨਕੋਦਰ ਦੇ ਵਿੱਚ ਮੈਂ ਕਿਹਾ ਕੀ ਹੋਇਆ ਜੀ ਕਹਿੰਦੇ ਉੱਥੇ ਪ੍ਰਭੂ ਯਸ਼ਮਸੀ ਦੀ ਆਪਣੇ ਜਿਹੜੀ ਮੂਰਤੀ ਹੈ ਨਾ ਤੇ ਉਹਦੇ ਹੱਥਾਂ ਜਿੱਥੇ ਕਿਲ ਠੋਕੇ ਉੱਥੋਂ ਤੇ ਉਹਦੇ ਆ ਅੱਖਾਂ ਦੇ ਵਿੱਚ ਲੋ ਨਿਕਲ ਰਿਹਾ ਨ ਕੋਦਰ ਦੀ ਗੱਲ ਹੈ ਤੇ ਤਕਰੀਬਨ ਅਜ ਤੋਂ 12 14 ਸਾਲ ਪਹਿਲਾਂ ਦੀ ਤੇ ਮੈਂ ਕਿਹਾ ਜੀ ਫਿਰ ਉਹ ਉਹ ਗੈਰ ਮੁਸਲੀ ਬੰਦਾ ਇੰਜ ਨੇ ਮੈਨੂੰ ਕਾਲ ਕੀਤੀ ਤੇ ਮੈਂ ਕਿਹਾ ਕਿਹਦੇ ਤੁਹਾਨੂੰ ਐਡੀ ਵੱਡੀ ਸੀ ਗੱਲ ਬਾਤ ਸੀ ਤੇ ਤੁਸੀਂ ਅੱਗੇ ਕੋਈ ਰਿਐਕਸ਼ਨ ਰਿਐਕਸ਼ਨ ਦਿਖਾਇਆ ਹੀ ਨਹੀਂ ਮਤਲਬ ਮੈਂ ਕਿਹਾ ਓ ਯਾਰ ਉਹ ਤਾਂ ਸਾਰੇ ਉਹਦੇ ਜਿਸਮ ਦੇ ਵਿੱਚੋਂ ਵੀ ਲੋ ਨਿਕਲ ਲੱਪੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਤੇ ਉਹ ਜਿਹੜੇ ਉਦਾਂ ਦੇ ਸਹਾਈ ਸੀਗੇ ਉਹ ਸ਼ਦਾਈ ਹੋ ਕੇ ਬਸਾਂ ਭਰ ਭਰ ਕੇ ਜਾਣ ਡੀਆਂ ਉਦੋਂ ਨੂੰ ਦੇਖਣ ਵਾਸਤੇ ਕਿਉਂ ਇਹ ਲੋਕਾਂ ਦੀ ਗਲਤੀ ਹੈ ਇਹ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਮੌਕਾ ਦਿੱਤਾ ਹੈ ਕਿ ਇਹ ਗੰਦਗੀ ਨੂੰ ਫੈਲਾ ਸਕਣ ਕਿਉਂ ਕਿ ਇਹ ਸਾਰੇ ਲੋਕ ਭਗਤੀ ਦੇ ਲੈਵਲ ਦਾ ਇਹਨਾਂ ਨੂੰ ਪਤਾ ਨਹੀਂਗਾ ਭਗਤੀ ਕੀ ਆ ਉਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਆ ਇਹਨਾਂ ਨੂੰ ਸਿਰਫ ਇਦਾਂ ਦੇ ਕੋਈ ਮੌਜ ਚੇਚਾਰ ਹੋ ਜਾਣ ਤੇ ਇਹਨਾਂ ਦਾ ਉਹੀ ਰੱਬ ਆ ਇੱਕ ਦੇ ਕੋਲ ਨਾ ਹੋਇਆ ਜੇ ਇੱਕ ਵਾਰੀ ਹੋ ਗਿਆ ਦੂਜੇ ਨਹੀਂ ਆਇਆ ਫਿਰ ਇਹਨੇ ਦੂਜੇ ਕੋ ਭੱਜ ਜਾਣਾ ਹੈ ਤੇ ਇਹ ਕੰਮ ਅੱਜ ਹੋ ਰਿਹਾ ਭਗਤੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਭਗਤੀ ਦਾ ਭੇਤ ਲਿਖਿਆ 316 ਦੇ ਵਿੱਚ ਤੇ ਮਥੀ ਦੇ ਵਿੱਚ ਭਗਤੀ ਦਾ ਭੇਤ ਗੰਭੀਰ ਹੈ ਉਸ ਗੰਭੀਰ ਭੇਤ ਨੂੰ ਜਾਣਨ ਦੇ ਲਈ ਅਸੀਂ ਬੁਲਾਏ ਗਏ ਹਾਂ ਤੇ ਭਗਤੀ ਫਿਰ ਹੈਗੀ ਕੀ ਹੈ ਤੁਸੀਂ ਸਵੇਰੇ ਉੱਠਦੇ ਹੋ ਨਿਤਨੇਮ ਬਣਾ ਆ ਹੋਇਆ ਤੇ ਤੁਸੀਂ ਉੱਠੇ ਨਹਾਤੇ ਤੋਤੇ ਚੰਗੀ ਤਰ੍ਹਾਂ ਤੇ ਦੁਆ ਕੀਰਤ ਕਰਨ ਲਈ ਤੁਸੀਂ ਬੈਠ ਗਏ। ਦੁਆ ਚ ਤੁਸੀਂ ਮੰਗਦੇ ਕੀ ਆ? ਯਾਰ ਅੱਜ ਦਾ ਦਿਨ ਬੜਾ ਵਧੀਆ ਨਿਕਲੇ। ਕੰਮਕਾਰ ਤੇ ਤੇਰੀ ਰਹਿਮਤ ਚਾਹੁੰਦੇ ਆ। ਸੁੱਖ ਸ਼ਾਂਤੀ ਮੰਗਦੇ ਆ। ਪਰਿਵਾਰ ਦੇ ਉੱਤੇ ਤੇਰੀ ਰਹਿਮਤ ਚਾਹੁੰਦੇ ਆ। ਖਾਨਦਾਨ ਦੇ ਉੱਤੇ ਤੇਰੀ ਰਹਿਮਤ ਚਾਹੁੰਦੇ ਆ। ਠੀਕ ਹੈ ਤੇ ਅੱਜ ਦੇ ਦਿਨ ਜਿਹੜਾ ਖੁਸ਼ੀਆਂ ਭਰਿਆ ਸਾਡਾ ਬਤੀਤ ਕਰੀ। ਯਸਮਸੀਦ ਨਾਮ ਚ ਆਮੀਨ। ਏ ਭਗਤੀ ਆ। ਏਰੇ ਭਗਤੀ ਵਾਲਾ ਇੱਕ ਕੰਮ ਇਹਨੂੰ ਦੱਸੋ। ਇਹ ਪ੍ਰਾਰਥਨਾ ਤੇ ਅਸੀਂ ਆਪਣੇ ਲਈ ਕੀਤੀ ਐ। ਇਹਦਾ ਭਗਤੀ ਦੇ ਨਾਲ ਕੀ ਲੈਣਾ ਦੇਣਾ ਹੋਇਆ? ਇਸ ਪ੍ਰਾਰਥਨਾ ਦਾ ਪਰਮੇਸ਼ਰ ਦੇ ਨਾਲ ਕੀ ਲੈਣਾ ਦੇਣਾ ਹੋਇਆ? ਭਗਤੀ ਇਹ ਨਹੀਂ ਆ ਵੀ ਮੈਂ ਕੀ ਚਾਹੁੰਨਾ ਉਹ ਮੈਂ ਪਰਮੇਸ਼ਰ ਨੂੰ ਦੱਸਾਂ। ਭਗਤੀ ਇਹ ਤੂੰ ਕੀ ਚਾਹੁੰਨਾ ਐ ਉਹ ਮੈਨੂੰ ਦੱਸ। ਜਦੋਂ ਇਦਾਂ ਕਹਣਾ ਤੁਹਾਡੇ ਕੋਲ ਪ੍ਰਾਰਥਨਾ ਵਿੱਚ ਸ਼ਬਦ ਮੁੱਕ ਜਾਂਦੇ ਆ ਤਮ ਕਈ ਜਗ੍ਹਾ ਤੇ ਗਿਆ ਉੱਥੇ ਕਿਸੇ ਨੇ ਕਹਿ ਦਈਏ ਨਾ ਹਾਂਜੀ ਬਚਨ ਵਾਸਤੇ ਪ੍ਰਾਰਥਨਾ ਕਰੋ 15 ਮਿੰਟ ਪ੍ਰਾਰਥਨਾ ਕਰੋ ਤੇ ਉਹਨੂੰ ਰੋਕਣਾ ਪੈਂਦਾ ਬਸ ਕਰ ਪ੍ਰਾਇਤਨ ਤੇ ਕਹਾਂਗੇ ਬਚਨ ਦੇ ਲਈ ਦੁਆ ਕਰ ਤੇ ਉਹ ਤੋਂ ਕਹਿ ਵੀ ਖੁਦਾਵੰ ਤੇਰਾ ਬਚਨ ਅੱਜ ਲੋਕਾਂ ਨੂੰ ਰੋਸ਼ਨੀ ਦੇਵੇ ਇਹ ਐਸਐਮਸੀ ਦਾ ਨਾਟਕ ਆਮੀਨ ਤੇ ਅੱਜ ਇਹ ਵੀ ਫੈਸ਼ਨ ਬਣ ਗਿਆ ਲੰਬੀ ਦੁਆ ਕਰਨਗੇ ਤੇ ਲੋਕੀ ਗਿਆਨਵਾਨ ਸਮਝਣਗੇ ਸਾਨੂੰ ਕੋਈ ਦੁਆ ਕਰਦਾ ਤਾਂ ਉਹ ਕਿਤੇ ਤੋਂ ਪਤਾ ਹੀ ਨਾ ਲੱਗਦਾ ਤੇ ਸ਼ੁਰੂ ਕਰਦਾ ਕੀਤੇ ਤੇ ਖਤਮ ਮੈਂ ਅਸੀਂ ਕਿਹਾ ਵੀ ਅਸੀਂ ਸ਼ੁਰੂ ਕਰੀਏ ਵੀ ਤੇ ਕੀ ਕਰੀਏ ਕਿਉਂਕਿ ਸਾਨੂੰ ਤਾਂ ਇੱਕੋ ਗੱਲ ਦਾ ਪਤਾ ਹੈ ਵੀ ਕਿਸੇ ਨੇ ਵੀ ਦੁਆ ਕਰਨੀ ਆ ਤੇ ਉਹ ਜੋ ਕਹਿੰਦਾ ਹੈ ਉਹ ਨਹੀਂ ਦੱਸਣਾ ਪਰਮੇਸ਼ਰ ਨੂੰ ਪਰਮੇਸ਼ਰ ਦੇ ਕੋਲੋਂ ਉਸ ਜ਼ਿੰਦਗੀ ਦੇ ਲਈ ਉਹਦੀ ਮਰਜ਼ੀ ਨੂੰ ਮੰਗਣਾ ਕਿਉਂਕਿ ਪਰਮੇਸ਼ਰ ਦੀ ਮਰਜ਼ੀ ਸਾਡੀ ਜ਼ਿੰਦਗੀ ਦੇ ਲਈ ਕਦੇ ਵੀ ਬੁਰੀ ਨਹੀਂ ਹੋ ਸਕਦੀ ਭਾਵੇਂ ਸਾਡਾ ਖਾਨਦਾਨ ਹੀ ਕਿਉਂ ਨਾ ਮਰ ਜਵੇ ਅਗਰ ਉਹ ਮਰ ਵੀ ਜਾਂਦਾ ਆ ਤਾਂ ਮੇ ਪਰਮੇਸ਼ਵਰ ਦੀ ਉਹਦੇ ਵਿੱਚ ਕੋਈ ਮਰਜ਼ੀ ਆ ਤੇ ਅਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ ਨਹੀਂ ਜਾ ਸਕਦੇ ਇਹ ਸਾਡੇ ਮਸੀਹਤ ਵਿੱਚ ਨਹੀਂ ਸਿੱਖੀ ਜਮ ਦੇ ਵਿੱਚ ਤੁਸੀਂ ਦੱਸੋ ਵੀ ਉਹਨਾਂ ਨੂੰ ਤਤੀਆਂ ਤਵੀਆਂ ਤੇ ਬਹਿਣ ਦੀ ਕੀ ਜ਼ਰੂਰਤ ਸੀ ਉਹਨਾਂ ਨੂੰ ਆਪਣੇ ਸਿਰ ਦੇ ਉੱਤੇ ਰੇਤ ਪਾਉਣ ਦੀ ਕੀ ਜ਼ਰੂਰਤ ਸੀ ਤੇ ਦੂਜੇ ਸ਼ਬਦਾਂ 'ਚ ਨਾਸਤਿਕ ਹੋਊਗਾ ਵੀ ਜੇ ਉਹ ਐਡੇ ਸ਼ਕਤੀਸ਼ਾਲੀ ਸੀਗੇ ਤੇ ਫਿਰ ਉਹ ਆਪਣੇ ਆਪ ਨੂੰ ਬਚਾ ਕਿਉਂ ਨਹੀਂ ਸਕੇ ਪ੍ਰਭੂ ਯਸਮਸੀ ਬਾਰੇ ਤੇ ਉਹ ਇਹ ਕਹਿੰਦੇ ਸੀਗੇ ਕਹਿੰਦੇ ਜੇ ਤੂੰ ਪਰਮੇਸ਼ਰ ਦਾ ਪੁੱਤ ਹੈ ਇਹ ਕਰੀ ਸਰੀਰ ਤੋਂ ਉੱਤਰ ਕੇ ਥੱਲੇ ਆਇਆ ਤਾਂ ਅਸੀਂ ਮੰਨੀ ਤੂੰ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਪ੍ਰਭੂ ਇਹ ਕਹ ਲਈ ਲਾ ਦੇ ਨਾ ਪਤਾ ਲੱਜੇ ਅਸੀਂ ਦੇ ਇਹ ਕਹਿਣਾ ਸੀਗਾ ਮੇਰੇ ਕਹ ਲਈ ਲਾ ਦੇ ਤੀ ਨਾ ਪਤਾ ਲੱਗੇ ਬਾਹਰ ਫੇਰ ਪਾਉਂ ਚੜਾ ਦੇ ਇਹਨਾਂ ਤੇ ਪਤਾ ਲੱਗੇ ਤੇ ਕੀ ਪ੍ਰਭੂ ਯਸਮਸੀ ਉਤਰ ਆਇਆ ਕਾਰਨ ਕੀ ਸੀਗਾ ਉਹ ਜਿਹੜੇ ਕਹਿੰਦੇ ਸੀ ਨਾ ਉਹਨਾਂ ਦੇ ਵਿੱਚੋਂ ਜਿਹੜਾ ਬੋਲ ਰਿਹਾ ਸੀ ਪ੍ਰਭੂ ਯਸਮਸੀ ਜਾਣਦਾ ਸੀ ਉਹਨੂੰ ਉਹ ਜਿਹੜਾ ਉਹਨਾਂ ਦੇ ਵਿੱਚੋਂ ਬੋਲ ਰਿਹਾ ਸੀ ਉਹ ਨਹੀਂ ਸੀ ਚਾਹੁੰਦਾ ਉਹਨੂੰ ਪਤਾ ਸੀ ਇਹਦੀ ਜਿਹੜੀ ਮੌਤ ਹੈ ਨਾ ਇਹ ਮਨੁੱਖ ਜਾਤ ਦੀ ਜ਼ਿੰਦਗੀ ਆ ਜੇ ਇਹ ਮਰ ਗਿਆ ਲੋਕੀ ਕਹਿੰਦੇ ਸ਼ੈਤਾਨ ਚਾਹੁੰਦਾ ਇਹ ਮਰੇ ਸ਼ੈਤਾਨ ਨਹੀਂ ਸੀ ਚਾਹੁੰਦਾ ਯਿਸੂ ਮਸੀਹ ਮਰੇ ਉਹਦੀ ਤੇ ਹਰ ਕੋਸ਼ਿਸ਼ ਸੀਗੀ ਵੀ ਇਹ ਜਿਹੜੀ ਕੁਰਬਾਨੀ ਆ ਜਿਹੜੀ ਦੁਨੀਆ ਵਾਸਤੇ ਹੋਣੀ ਆ ਜਿਹਨੇ ਪਾਪ ਨੂੰ ਹਰਉਣਾ ਆ ਇਹ ਕੁਰਬਾਨੀ ਕਿਸੇ ਵੀ ਕੀਮਤ ਦੇ ਉਤੇ ਹੋਣੀ ਨਹੀਂ ਚਾਹੀਦੀ ਉਹਦੇ ਇਹ ਚਾਹੁੰਦਾ ਸੀ ਇਹਸ ਕਰਕੇ ਉਹਨਾਂ ਦੇ ਵਿੱਚੋਂ ਦੀ ਬੋਲ ਰਿਹਾ ਆ ਯਸਮ ਸਿੰਘ ਨੂੰ ਲਿਜਾ ਰਹੇ ਆ ਲੋਕਾਂ ਦੇ ਜਿਹੜੇ ਖੜੀ ਆ ਭੀੜ ਉਹਨਾਂ ਦੇ ਵਿੱਚੋਂ ਦੀ ਜਿਹੜੇ ਉਹ ਤਮਾਸ਼ਾ ਬਣਾ ਰਹੇ ਉਹਨਾਂ ਦੇ ਵਿੱਚੋਂ ਦੀ ਹੋ ਕੇ ਬੋਲ ਰਿਹਾ ਆ ਕਿਸੇ ਤਰ੍ਹਾਂ ਇਹ ਆਪਣੇ ਆਪ ਤੋਂ ਬਾਹਰ ਆ ਕੇ ਤੇ ਕਿਸੇ ਤਰ੍ਹਾਂ ਇਹ ਕੁਝ ਐਸਾ ਕਵੇ ਜਿਹੜਾ ਕਰਕੇ ਉਹ ਜਿਹੜੀ ਮੌਤ ਆ ਉਹ ਰੁਕ ਸਕੇ ਤੇ ਤੁਸੀਂ ਦੱਸੋ ਜੇ ਇਸ ਪ੍ਰਭੂ ਨੂੰ ਅਸੀਂ ਮੰਨਦੇ ਆ ਉਹ ਪ੍ਰਭੂ ਆਪਣੇ ਛੁਟਕਾਰੇ ਦੇ ਲਈ ਪਰਮੇਸ਼ਵਰ ਦੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਸਾਡੀ ਤੇ ਦੁਆ ਹੀ ਸਾਰੀ ਛੁਟਕਾਰੇ ਲਈ ਹੁੰਦੀ ਹੈ ਤੇ ਅਸੀਂ ਪਰਵਾਣ ਕਿੱਦਾਂ ਹੋਵਾਂਗੇ ਲਿਖਿਆ ਸਾਨੂੰ ਇਸ ਲਈ ਬੁਲਾਇਆ ਗਿਆ ਕਿ ਅਸੀਂ ਉਹਦੇ ਨਕਸ਼ੇ ਕਦਮ ਦੇ ਉੱਤੇ ਚੱਲੀਏ ਇਸ ਲਈ ਬੁਲਾਇਆ ਗਿਆ ਕਿ ਅਸੀਂ ਕੀ ਕਰਨਾ ਭਲਾ ਅਸੀਂ ਉਹਦੇ ਨਕਸ਼ੇ ਕਦਮ ਦੇ ਉੱਤੇ ਚੱਲੀਏ ਤੇ ਨਕਸ਼ੇ ਕਦਮ ਤੇ ਜਿਹਨਾਂ ਦਾ ਕੀ ਮਤਲਬ ਹੈ ਜੋ ਉਹ ਕਰ ਗਿਆ ਆ ਸੇਮ ਅਸੀਂ ਵੀ ਉਹਦੇ ਵਾਂਗੂ ਕਰਨਾ ਆ ਉਹਦਾ ਜਵਾਬ ਦਿੰਦੇ ਆ ਸੰਤ ਪਲੂਸ ਕਹਿੰਦਾ ਮੈਂ ਯਸੂ ਮਸੀਹ ਦੇ ਜ਼ਖਮਾਂ ਨੂੰ ਮੈਂ ਯਸੂ ਮਸੀਹ ਦੇ ਜ਼ਖਮਾਂ ਨੂੰ ਆਪਣੇ ਸਰੀਰ ਦੇ ਉੱਤੇ ਲਈ ਫਿਰਦਾ ਇਹਨੂੰ ਕਹਿੰਦੇ ਭਗਤੀ ਅਸੀਂ ਤੇ ਕਹਿੰਦੇ ਸਾਡੇ ਜ਼ਖਮ ਹੋ ਨਾ ਜਾਵੇ ਕੋਈ ਸਾਡੀ ਪ੍ਰਾਥਨਾ ਕੀ ਹੈ ਭਲਾ ਵੀ ਕਿਤੇ जखम ਕੋਈ ਹੋ ਨਾ ਜਾਵੇ ਤੇ ਉਹ ਕੀ ਕਹਿੰਦਾ ਕਹਿੰਦਾ ਮੈਂ ਉਹਦੇ जखਮਾਂ ਨੂੰ ਆਪਣੀ ਦੇਹ ਦੇ ਉੱਤੇ ਲੈ ਹੀ ਫਿਰਦਾ ਹਾਂ ਮੈਂ ਉਹਦੇ ਨਾਮ ਦੇ ਨਿਮਿਤ ਪੰਜ ਵਾਰੀ 39 ਕੋੜੇ ਖਾਦੇ ਤੇ ਮੈਂ ਸੋਚਦਾ ਨਾ ਉਸ ਇਨਸਾਨ ਦਾ ਜਿਸਮ ਜਿਹੜਾ ਸੀ ਨਾ ਉਹ ਚੱਲਦਾ ਫਿਰਦਾ ਪੂਰੇ ਦਾ ਪੂਰਾ ਇੱਕ ਫੋੜਾ ਹੀ ਬਣ ਗਿਆ ਸੀ ਇਹੋ ਜੀ ਹਾਲਤ ਦੇ ਵਿੱਚ ਉਹ ਬੰਦਾ ਭਗਤੀ ਕਰਦਾ ਕਿੱਦਾਂ ਪਿਆ ਹੈ ਸਵਾਲ ਇਹ ਹੈ ਲੇਕਿਨ ਉਸ ਇਨਸਾਨ ਤੋਂ ਸਾਰੇ ਸ਼ਾਗਿਰਦ ਵੀ ਡਰਦੇ ਆ ਉਹਦੇ ਸਾਹਮਣੇ ਆਉਣ ਤੋਂ ਉਹਦੇ ਨਾਲ ਗੱਲ ਕਰਨ ਤੋਂ ਲੋਕ ਚਿੱਜਦੇ ਆ ਤੇ ਜੇ ਕੋਈ ਕਰਦਾ ਤਾਂ ਉਹਦੀ ਪਿੱਠ ਪਿੱਛੇ ਕਰਦੇ ਆ ਤੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਆਵਾਂਗਾ ਤੇ ਫੇ ਮੇਰੇ ਮੂੰਹ ਤੇ ਮੇਰਾ ਸਾਹਮਣਾ ਕਰਕੇ ਦਿਖਾਉਣ ਤੇ ਉਹ ਤਾਂ ਭੱਜ ਜਾਂਦੇ ਆ ਉਦੋਂ ਉਦੋਂ ਦਾ ਸਾਹਮਣਾ ਹੁੰਦਾ ਅਸੀਂ ਵੀ ਕਈ ਨਿੱਜੇ ਜਾਨੇ ਆ ਤੇ ਉਹ ਜਦੋਂ ਲੋਕੀ ਦੇਖਦੇ ਵੀ ਇਹ ਤਾਂ ਕੰਮ ਖਰਾਬ ਹੋਣ ਵਾਲਾ ਆ ਫੇ ਸਾਡੇ ਪਿੱਛੋਂ ਜਾਂਦਿਆਂ ਸਾਰੀ ਵਿਰੋਧ ਸ਼ੁਰੂ ਹੋ ਜਾਂਦਾ ਨਹੀਂ ਨਹੀਂ ਇਹ ਤਾਂ ਨਵੀਂ ਤਰੀਕੇ ਹੋ ਗਈ ਹੈ ਤੇ ਗੱਲ ਹੀ ਵੱਖਰੀ ਹੋ ਗਈ ਹੈ ਤੇ ਤਾਂ ਹੁੰਦਾ ਇਹ ਲੋ ਜੀ ਪ੍ਰਭੂ ਤੇ ਆਸ਼ੀਸ਼ਾਂ ਦੇ ਵਾਲਾ ਪ੍ਰਭੂ ਤੇ ਬਰਕਤਾਂ ਦੇ ਵਾਲਾ ਉਹਨੇ ਤੇ ਵਾਅਦੇ ਕੀਤੇ ਆ ਤੇ ਅਸੀਂ ਕਹਿੰਦੇ ਦਿਖਾਓ ਨਾ ਸਾਨੂੰ ਵੀ 30 ਸਾਲ ਸਾਨੂੰ ਵੀ ਇਸ ਵਚਨ ਨੂੰ ਪੜ੍ਹਦੇ ਹੋਏ ਹੋ ਗਿਆ ਆ ਸਾਨੂੰ ਪ੍ਰੇਤੋਂ ਕੇ ਕਾਮ ਦੀ ਕਿਤਾਬ ਤੋਂ ਲੈ ਕੇ ਤੇ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਤੱਕ ਸਾਨੂੰ ਨੇ ਇੱਕ ਆਇਤ ਲੱਭੀ ਜੇਤੇ ਨਿਖਿਆ ਹੋਵੇ ਪ੍ਰਭੂ ਆਸ਼ੀਸ਼ਾਂ ਤੇ ਬਰਕਤਾਂ ਦੇਣ ਲਈ ਉਹਨੇ ਸਾਨੂੰ ਬੁਲਾਇਆ ਤੇ ਜੇ ਤੁਹਾਡੇ ਕੋਲ ਆਇਤ ਹੈਗੀ ਤੇ ਤੁਸੀਂ ਸਾਨੂੰ ਦੇ ਦਿਓ ਫਿਰ ਅਸੀਂ ਵੀ ਆਸ਼ੀਸ਼ਾਂ ਬਰਕਤਾਂ ਮੰਗੀਏ ਵੀ ਸਾਡੇ ਤੇ ਚ ਲਿਖਿਆ ਨਹੀਂ ਜਾਂ ਫਿਰ ਤੁਹਾਡੇ ਕੋਲ ਬਾਈਬਲ ਹੋ ਰਿਹਾ ਤੇ ਜਾਂ ਸਾਡੇ ਕੋਲ ਨਕਲੀ ਹੈ ਤੇ ਜੇ ਬਾਈਬਲ ਇੱਕੋ ਹੀ ਆ ਤੇ ਫਿਰ ਸਾਨੂੰ ਨਹੀਂ ਲੱਭਦਾ ਅਸੀਂ ਲੱਭਦੇ ਬੜੀ ਕੋਸ਼ਿਸ਼ ਕਰਦੇ ਕਿਤੇ ਕੋਈ ਇਦਾਂ ਦੀ ਗੱਲ ਮਿਲ ਜਵੇ ਸਾਨੂੰ ਤੇ ਇਹ ਹੀ ਮਿਲਦੀ ਹੈ ਪ੍ਰਭੂ ਯਿਸੂ ਮਸੀਹ ਕਹਿੰਦਾ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਆ ਉਹ ਸਭ ਤੋਂ ਪਹਿਲਾਂ ਆਪਣੇ ਆਪ ਦਾ ਇਨਕਾਰ ਕਰੇ ਸਾਡੇ ਕੋਲ ਤੇ ਆ ਵਚਨ ਆਇਆ ਸਾਡੇ ਕੋਲ ਤੇ ਇਹ ਵਚਨ ਆਇਆ ਕਹਿੰਦਾ ਮੇਰਾ ਜਿਹੜਾ ਸ਼ਾਗਿਰਦ ਹੋਣਾ ਚਾਹੁੰਦਾ ਉਹ ਹਰ ਰੋਜ਼ ਆਪਣੀ ਸਲੀਬ ਚੁੱਕੇ ਜਿਵੇਂ ਪੂਲੂਸ ਕਹਿੰਦਾ ਮੈਂ ਉਹਦੇ ਜ਼ਖਮਾਂ ਨੂੰ ਆਪਣੇ ਸਰੀਰ ਦੇ ਉੱਤੇ ਲਈ ਫੇਰਦਾ ਤਕਨ ਹਰ ਰੋਜ਼ ਆਪਣੇ ਸਰੀਰ ਚੁੱਕੇ ਤੇ ਮੇਰੇ ਮਗਰ ਆਵੇ ਉਹ ਮੇਰਾ ਸ਼ਗਿੱਦ ਠਹਿਰੂਗਾ ਜਿਹੜਾ ਮਾਂ ਬਾਪ ਨੂੰ ਮੇਰੇ ਤੋਂ ਵੱਧ ਮੁਹੱਬਤ ਕਰਦਾ ਆ ਉਹ ਮੇਰੇ ਲਾਇਕ ਜਿਹੜਾ ਭੈਣ ਭਰਾ ਨੂੰ ਮੇਰੇ ਤੋਂ ਵੱਧ ਮੁਹੱਬਤ ਕਰਦਾ ਉਹ ਵੀ ਮੇਰੇ ਲਾਇਕ ਕਹਿੰਦਾ ਪੁਲਿਸ ਕਹਿੰਦਾ ਹੁਣ ਤੇ ਜਿਹੜੇ ਔਰਤਾਂ ਵਾਲੇ ਆ ਨਾ ਉਹ ਵੀ ਇਦਾਂ ਜੀਵਨ ਜਿਹਨ ਵੀ ਜਿਵੇਂ ਉਹਨਾਂ ਦੇ ਔਰਤਾਂ ਹੈ ਹੀ ਨਹੀਂ ਹੌਣ ਤੇ ਮਾਪਿਆਂ ਵਾਲੇ ਆਪਣੇ ਆਪ ਨੂੰ ਏਦਾਂ ਸਮਝਣ ਵੀ ਉਹਨਾਂ ਦੇ ਮਾਪੇ ਹੈ ਹੀ ਨਹੀਂ ਆ ਤੇ ਅਸੀਂ ਤੇ ਕੰਮ ਹੀ ਉਲਟਾ ਚਲਾਇਆ ਹੋਇਆ ਤੇ ਫਿਰ ਅਸੀਂ ਇਹਨੂੰ ਨਾਮ ਕਿਤੇ ਨੇ ਭਗਤੀ ਇਹ ਕਿਹੜੀ ਭਗਤੀ ਹੋਈ ਭਗਤੀ ਦੇ ਉਸ ਹੀ ਕਹਿੰਦਾ ਹੈ اے ਪਰਮੇਸ਼ਰ ਜੇ ਤੂੰ ਜਿੱਤ ਦਵੇਂ ਤੇ ਜਿਹੜਾ ਮੈਨੂੰ ਮੇਰੇ ਦਰਵਾਜੇ ਦੇ ਉੱਤੇ ਪਹਿਲਾਂ ਮਿਲੇ ਮੈਂ ਉਹਨੂੰ ਕੁਰਬਾਨ ਕਰਾਂਗਾ ਤੇ ਦਿਮਾਗ 'ਚ ਉਹਦੇ ਇਹ ਕਹਿੰਦੇ ਕੀ ਚੱਲਦਾ ਹੋਣਾ ਭਲਾ ਵੀ ਕੋਈ ਨਾ ਕੋਈ ਨੌਕਰ ਚੱਕ ਕੇ ਨੇ ਬੈਲ ਕੰਮ ਕਰਨ ਲਈ ਹੋਣਾ ਤੇ ਉਹਨੂੰ ਚੜਾ ਰਿਆਂਗੇ ਪਰਮੇਸ਼ਵਰ ਨੇ ਕਿਹਾ ਪਹਿਲਾ ਵਚਨ ਚ ਲਿਖਿਆ ਸੁਖਣਾ ਸੁੱਖੋਂ ਤੋਂ ਪਹਿਲਾਂ 3600 ਵਾਰੀ ਸੋਚ ਤੇ ਜਦੋਂ ਜਿੱਤ ਕੇ ਆਇਆ ਤੇ ਇੱਕ ਲੋਤੀ ਧੀ ਉਹੋ ਹੀ ਖੁਸ਼ੀ ਮਨਾਉਂਦੀ ਮੱਥੇ ਲੱਗ ਗਈ ਤੇ ਹੁਣ ਕੀ ਕਿਹਾ ਆ ਭਲਾ ਜਿਹੜਾ ਮਿਲੂਗਾ ਉਹ ਕੁਰਬਾਨ ਤੇ ਹੁਣ ਕੁਰਬਾਨ ਕਰੇ ਕਿ ਨਾ ਕਰੇ ਹਾਂਜੀ ਕਰੇ ਕਿਉਂਕਿ ਭਗਤੀ ਕੀ ਹੈ ਭਲਾ ਹੁਣ ਕਰਨਾ ਕਰਨਾ ਪੈਣਾ ਤੇ ਫਿਰ ਧੀ ਨੂੰ ਕੁਰਬਾਨ ਕੀਤਾ ਨਾ ਔਰ ਧੀ ਨੇ ਵੀ ਆਪਣੀ ਇੱਛਾ ਦੇ ਨਾਲ ਆਪਣੇ ਆਪ ਨੂੰ ਦੇ ਦਿੱਤਾ ਕਿ ਮੇਰੇ ਬਾਪ ਦਾ ਸਿਰ ਮੇਰੇ ਪਰਮੇਸ਼ਵਰ ਦੇ ਅੱਗੇ ਨੀਵਾ ਨਹੀਂ ਹੋਣਾ ਚਾਹੀਦਾ ਇਹਨੂੰ ਕਹਿੰਦੇ ਆ ਆਤਮਾ ਤੇ ਸਚਾਈ ਦੇ ਵਿੱਚ ਚੱਲਣ ਵਾਲੇ ਲੋਕਾਂ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਫਾਲੋ ਕਰਨਾ ਹੈ ਕਿ ਪਰਮੇਸ਼ਵਰ ਦੇ ਨਾਲ ਜਾਤ ਨੇਮ ਬੰਨੋ ਨਾ ਤੇ ਜੇ ਬੰਨ ਲਿਆ ਤੇ ਕਹਿੰਦਾ ਜਿੰਨੂੰ ਮੈਂ ਗिरा ਦਿੱਤਾ ਜੇ ਮੈਂ ਉਹਨੂੰ ਦੁਬਾਰਾ ਬਣਾਉਂਦਾ ਆ ਤੇ ਫਿਰ ਮੇਰ ਤੋਂ ਬਾਦ ਨਸੀਬ ਕੋਈ ਕੋਈ ਨਹੀਂ ਹੈ ਤੇ ਮਜਬੂਰ ਤੇ ਕਿਸੇ ਨੇ ਕੀਤਾ ਨਹੀਂ ਸੀ ਤੇ ਫਿਰ ਹੁਣ ਗੱਲ ਇੱਕ ਬਰਾਉਣੇ ਜਦੋਂ ਮੌਤ ਦੇ ਨਾਲ ਮੰਗਣੀ ਕਰਾਈ ਲਈ ਹੈ ਤੇ ਫਿਰ ਹੁਣ ਵਿਆਹ ਕਰਨ ਤੋਂ ਕਾਲੀ ਸ਼ਰਮਾਉਂਦੇ ਹਾਂ ਹਾਂਜੀ ਹੁਣ ਮਸਲਾ ਕੀ ਹੈ ਸਾਨੂੰ ਬਚਨ ਦਾ ਗਿਆਨ ਨਹੀਂ ਤੇ ਅਸੀਂ ਭੁੱਲੇ ਭਟਕੇ ਜਿੱਦਨ ਨੂੰ ਵੀ ਮੂੰਹ ਕਰ ਚੱਕਦੇ ਤੁਰ ਪੈਨੇ ਹੁਣ ਮੇਰੇ ਵਰਗਾ ਬੰਦਾ ਕਹਿੰਦਾ ਵੀ ਨਹੀਂ ਵੀ ਤੁਸੀਂ ਜਾ ਤੇ ਸਾਡੇ ਨਾਲ ਜੁੜ ਕੇ ਸਿੱਖਿਆ ਨੂੰ ਹਾਸਲ ਕਰੋ ਤੇ ਜਾ ਫਿਰ ਜਿਹੜਾ ਤੁਹਾਨੂੰ ਜੰਗਲ ਆਦਾ ਉਧਰ ਚੱਲ ਜਾ ਹੁਣ ਕਈ ਵਾਰ ਇਹ ਸਾਹਮਣੇ ਵਾਲੇ ਬੰਦੇ ਦੇ ਦਵਾਜ ਹੁੰਦਾ ਵੀ ਨਹੀਂ ਉਹ ਹਰੇਕ ਬੰਦਾ ਇਹੇ ਕੋਸ਼ਿਸ਼ ਕਰਦਾ ਵੀ ਦੂਜਿਆਂ ਨੂੰ ਤੋੜ ਕੇ ਨਾ ਤੇ ਆਪਣੇ ਨਾਲ ਜੋੜਿਆ ਜਾਵੇ ਮਨੇ ਇਹਨਾਂ ਦੇ ਦੂਜਿਆਂ ਨਾਲ ਤੋੜ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਤੇ ਉਹ ਲੋਕ ਕਰਦੇ ਆ ਜਿਨ੍ਹਾਂ ਨੂੰ ਤੁਹਾਡੇ ਤੋਂ ਕੁਝ ਆਸਾ ਹੈ ਜਿਹੜੇ ਤੁਹਾਡੇ ਤੋਂ ਕੁਝ ਹਾਸਲ ਕਰਨਾ ਚਾਹੁੰਦੇ ਆ ਜਿਨ੍ਹਾਂ ਦੀ ਨਜ਼ਰ ਤੁਹਾਡੀ ਜੇਬ ਦੇ ਉੱਤੇ ਹੈ ਤੁਸੀਂ ਦੱਸੋ ਵੀ 4-5 ਸਾਲ ਤੋਂ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡੇ ਤੋਂ ਕਿਹੜਾ ਲਾਹਾ ਲਿਆ ਹੈ ਹਾਂਜੀ ਕਦੇ ਬਹਾਨੇ-ਕਮਾਨੇ ਵੀ ਤੁਹਾਨੂੰ ਫੋਨ ਕਰਕੇ ਤੁਹਾਡੇ ਕੋਲੋਂ ਕੋਈ ਆਪਣੀ ਜ਼ਿੰਦਗੀ ਦੀ ਜ਼ਰੂਰਤ ਦੇ ਲਈ ਕੋਈ ਸਿਫਾਰਿਸ਼ ਕੀਤੀ ਹੋਵੇ ਆ ਕਰੋਨਾ ਵਾਇਰਸ ਆਜਰ ਸੁਆਮਾ ਸ਼ੁਰੂ ਹੋਇਆ ਆ ਤੇ ਮੈਨੂੰ ਸਿਸਟਰ ਬਨੀਤ ਦਾ ਵੀ ਫੋਨ ਆਇਆ ਤੇ ਕਹਿੰਦੇ ਵੀ ਸਾਡੇ ਮਨ ਚ ਪ੍ਰਭੂ ਨੇ ਪਾਇਆ ਵੀ ਅਸੀਂ ਤੁਹਾਡੀ ਕੋਈ ਹੈਲਪ ਕਰੀਏ ਤੇ ਮੈਂ ਕਿਹਾ ਪ੍ਰਭੂ ਨੇ ਤੁਹਾਡੇ ਮਨ ਚ ਬਹੁਤ ਚੰਗੀ ਗੱਲ ਪਾਈ ਹੈ ਪਰ ਪ੍ਰਭੂ ਬੋਲੋ ਅਜੇ ਮੈਨੂੰ ਕੋਈ ਸਾਈਨ ਨਹੀਂਗਾ ਤੇ ਪ੍ਰਭੂ ਅੱਜ ਦੀ ਡੇਟ ਤੱਕ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਆ हां प्रभु बोलम इनको साइन आएगा ਤੇ ਮੈਂ ਤੁਹਾਨੂੰ ਜਰੂਰ ਦੱਸਾਂਗਾ ਤੇ ਇਸ ਗੱਲ ਨੂੰ ਡੇਢ ਪੌਣੇ 2 ਸਾਲ ਹੋ ਗਏ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਫੋਨ ਕਰਕੇ ਉਹਨਾਂ ਕਿਹਾ ਹਾਂਜੀ ਜਿਹੜਾ ਤੁਸੀਂ ਮੇਰੇ ਲਈ ਕੱਢਿਆ ਸੀ ਭੇਜ ਦਿਓ ਅਗਰ ਕੋਈ ਸਾਡੇ ਉੱਤੇ ਇਹ ਦੋਸ਼ ਲਾਵੇ ਵੀ ਇਹ ਦੂਜਿਆਂ ਨਾਲ ਤੋੜ ਕੇ ਆਪਣੇ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰਦੇ ਆ ਦੂਜਿਆਂ ਦੀ ਤਰ੍ਹਾਂ ਤੇ ਦੂਜੇ ਦੇ ਸਰ ਕੇ ਕਰਦੇ ਵੇ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਦੀ ਜ਼ਰੂਰਤਾਂ ਪੂਰਾ ਕਰਨ ਦੇ ਲਈ ਤੋੜਪੰਨ ਕਰਨੀਆਂ ਪਰ ਸਾਡੀ ਤੇ ਇਹੋ ਜਿਹੀ ਕੋਚਾ ਚ ਨਹੀਂ ਗੀ ਅਸੀਂ ਇਹ ਫੈਸਲਾ ਲਿਆ ਹੈ ਰੱਬ ਨੇ ਜਿੰਨੀ ਦੇਰ ਤੱਕ ਤਾਕਤ ਹਿੰਮਤ ਦਿੱਤੀ ਹੈ ਜਿੰਨੀ ਦੇਰ ਤੱਕ ਕੰਮ ਧੰਦਾ ਕਰ ਸਕਦੇ ਆ ਓਨੇ ਦੇਰ ਤੱਕ ਕਰਾਂਗੇ ਤੇ ਨਾਲ ਨਾਲ ਸੇਵਾ ਕਰਾਂਗੇ ਜਿਸ ਦਿਨ ਪ੍ਰਭੂ ਵੱਲੋਂ ਕੋਈ ਸਾਇਨ ਮਿਲੂਗਾ ਵੀ ਹੁਣ ਕੰਮ ਧੰਦਾ ਛੱਡੋ ਤੇ ਖੁੱਲ ਕੇ ਆਜੋ ਉਸ ਦਿਨ ਦੇਖਾਂਗੇ ਪ੍ਰਭੂ ਦੀ ਕੀ ਇੱਛਾ ਹੈ ਤੇ ਉਸ ਦਿਨ ਵੀ ਅਸੀਂ ਆਪਣੇ ਉਸ ਲੈਵਲ ਨੂੰ ਡਿੱਗਣੇ ਦਵਾਗੇ ਤੇ ਉਸ ਲੈਵਲ ਦੇ ਉੱਤੇ ਕੈਮਰਾਂਗੇ ਤੇ ਸਮਝੌਤਾ ਕਰਕੇ ਨਹੀਂ ਚੱਲਾਂਗੇ ਫਿਰ ਤੇ ਜਾ ਕੇ ਏਲੀਜਾ ਨੂੰ ਕਹਿੰਦਾ ਵੀ ਜਾ ਨਾਲੇ ਤੇ ਬਹਿ ਜਾ ਤੇ ਮੈਂ ਤੇਰੀ ਦੇਖਭਾਲ ਕਰਾਂਗੇ ਤੇ ਫਿਰ ਏਲੀਜਾ ਬਹਿ ਜਾਂਦਾ ਨਾਲੇ ਦੇ ਉੱਤੇ ਤੇ ਉਹ ਦੇਖਭਾਲ ਕਰਦਾ ਤੇ ਨਾਲੇ ਦਾ ਪਾਣੀ ਸੁੱਕ ਜਾਂਦਾ ਤੇ ਕਾਂ ਰੋਟੀ ਨਾਲ ਨਹੀਂ ਵਿਕਰ ਕਰਦਾ ਬੰਦ ਕਰ ਦਿੰਦਾ ਤੇ ਏਲੀਜਾ ਨੇ ਨਹੀਂ ਕੋਈ ਦੁਆ ਕੀਤੀ ਦਸਿਕਾ ਨਹੀਂ ਭਲਾ ਪ੍ਰਭੂ ਜੀ ਕਾਹਨੇ ਆ ਕਾਹ ਕਿ ਤਾ ਅਜ ਰਸਤਾ ਤੇ ਨਹੀਂ ਭੁੱਲ ਗਿਆ ਜਦੋਂ ਰੋਟੀ ਨਹੀਂ ਰੱਭੀ ਹਾਂਜੀ ਤੇ じゃ ਕਾਂ ਕਿ ਤੇ ਬਜਾਰਾ ਐਕਸਪਾਇਰੀ ਤਾਂ ਨਹੀਂ ਹੋ ਗਿਆ ਅਹੀਂ ਕਾਂ ਅਸੀਂ ਕਾਂ ਦੇਖਣਾ ਸੀ ਪ੍ਰਭੂ ਨੂੰ ਭੁੱਲ ਜਾਣਾ ਸੀ ਅੱਜ ਰੋਟੀ ਲਿਆਉਣ ਵਾਲੇ ਸੇਵਕਾਂ ਨੂੰ ਕਾਂ ਹੀ ਨਜ਼ਰ ਆਉਂਦੇ ਆ ਇਹ ਪ੍ਰਭੂ ਨਹੀਂ ਇਹਨਾਂ ਨੂੰ ਨਜ਼ਰ ਆਉਂਦਾ ਜਿਹੜਾ ਕਾਂ ਨੂੰ ਭੇਜਣ ਵਾਲਾ ਆ ਨਜ਼ਰ ਕਾਂ ਤੇ ਨਹੀਂ ਰਹਿਣੀ ਚਾਹੀਦੀ ਜਿਹੜਾ ਰੋਟੀ ਲੈ ਕੇ ਆਉਂਦਾ ਨજર ਉਸ ਪ੍ਰਭੂ ਦੇ ਉੱਤੇ ਹੋਣੀ ਚਾਹੀਦੀ ਜਿਹੜਾ ਕਾਂ ਨੂੰ ਹੁਕਮ ਦਿੰਦਾ ਵੀ ਜਾ ਅੱਜ ਉਲਟਾ ਆ ਇਹ ਹੈ ਜੀ ਉਹ ਕੰਲਾ ਜਿਹੜਾ ਤੁਸੀਂ ਪਛਾਣੋਗੇ ਬੇ ਆਤਮਿਕ ਜੀਵਨ ਜਿਹੜਾ ਆ ਉਹ ਕੀ ਹੈ ਜੇ ਤੇ ਅਸੀਂ ਕਾਂ ਜਿਹੜਾ ਰੋਟੀ ਲੈ ਕੇ ਆਉਂਦਾ ਉਹਦੇ ਵੱਲ ਦੇਖਦੇ ਆਂ ਤੇ ਉਹਨੂੰ ਖੁਸ਼ ਕਰਦੇ ਆਂ ਉਹਦੀ ਪ੍ਰਸ਼ੰਸਾ ਕਰਦੇ ਆਂ ਤੇ ਫਿਰ ਅਸੀਂ ਸਰੀਰਕ ਆ ਜੇ ਅਸੀਂ ਕਾਂ ਨੂੰ ਭੇਜਣ ਵਾਲੇ ਦੇ ਉੱਤੇ ਭਰੋਸਾ ਰੱਖਦੇ ਆਂ ਤੇ ਫਿਰ ਅਸੀਂ ਆਤਮਿਕ ਜੇ ਅਸੀਂ ਤੁਹਾਡੇ ਤੋਂ ਕੋਈ ਆਪਣਾ ਲਾਹਾ ਲੈਣ ਦੇ ਲਈ ਤੁਹਾਡੇ ਕੋਲ ਆਉਣੇ ਆ ਤੇ ਫਿਰ ਅਸੀਂ ਸਰੀਰਕ ਆ ਜੇ ਤੀ ਪ੍ਰਬੁੱਦੀ ਇੱਛਾ ਨੂੰ ਪ੍ਰਗਟ ਕਰਨ ਦੇ ਲਈ ਆਉਣੇ ਆ ਤੇ ਫਿਰ ਅਸੀਂ ਆਤਮਿਕ ਇਹਨਾਂ ਦਿਨਾਂ 'ਚ ਸਾਡਾ ਜਿਹੜਾ ਕੰਮ ਆ ਇੰਨਾ ਕਹ ਕੇ ਅਸੀਂ 5-600 ਰੁਪਏ ਆਰਾਮ ਦੇ ਨਾਲ ਕਮਾਉਨੇ ਆ ਡਾਲਰਾਂ ਦੇ ਵਿੱਚ ਅਮਰੀਕਨ ਡਾਲਰਾਂ ਦੇ ਵਿੱਚ ਤੇ ਤੁਸੀਂ ਦੱਸੋ ਵੀ ਅਸੀਂ 3 ਦਿਨ ਦੇ ਲਈ ਆਏ ਇੱਥੇ ਬਲਕਿ 4 ਦਿਨ ਉਲਟਾ 5 ਦਿਨ ਹੀ ਹੋਏ ਨੇ ਜਾਂਦੇ ਜਾਂਦੇ ਆ ਤੇ 5 ਦਿਨਾਂ ਦਾ ਅਸੀਂ ਆਪਣਾ ਟੋਟਲ ਮਾਰਾਂਗੇ ਤੇ 5 5 25 2500 ਡਾਲਰ ਮਤਲਬ ਇੰਡੀਆ ਦਾ 2 ਲੱਖ ਰੁਪਈਆ ਅਸੀਂ ਆਪਣੇ 2 ਲੱਖ ਰੁਪਈਏ ਦਾ ਨੁਕਸਾਨ ਕਰਕੇ ਆਏ ਆ ਤੇ ਅਸੀਂ ਤੁਹਾਡੇ ਕੋਲ 200 ਡਾਲਰ ਨਹੀਂ ਲੈ ਕੇ ਜਾਣਾ ਤੇ ਇਹਦੇ ਉਲਟ ਜਿਹੜੇ ਬਾਕੀ ਆ ਉਹ ਤੇ ਜਾਂਦੇ ਪਹਿਲਾਂ ਅਗਲੇ ਕਮਿਟਮੈਂਟ ਕਰਦੇ ਹਾਂ ਜੀ ਹੋਟਲ 'ਚ ਕਮਰਾ ਕਿਨੇ ਜਿੱਦ ਲੈ ਕੇ ਦੇ ਰਹੇ ਹੋ 에어ਪੋਰਟ ਤੋਂ ਲੈਣ ਕਿਨੇ ਆਉਣਾ ਹੈ ਸਾਡੇ ਸਟੈਂਡ ਸੈਨ ਦੀ ਸਹੂਲਤਾਂ ਕੀ ਕੀਤੀ ਗਈ ਹੈ ਤੇ ਸਾਨੂੰ ਪੁੱਛਿਆ ਸੀ ਕੰਡੇ ਵੀ ਆ ਜਿ ਰਹਿ ਸੈਂ ਦੀ ਬੈ ਗਏ ਠੰਡੇ ਦਰੀ ਪਾ ਦਿਓ ਤੇ ਜੇ ਠੰਡ ਹੋਈ ਤੇ ਕੋ ਕੰਬਲ ਸ਼ੰਬਲ ਦੇ ਦਿਓ ਤੇ ਜੇ ਗਰਮੀ ਹੋਈ ਤੇ ਇਦਾਂ ਹੀ ਜਾਬ ਸੀਗੀ ਤਕੀ ਅਸਈਏ ਸੁਵਿਧਾ ਮ ਲੈ ਨਹੀਂ ਸਕਦੇ ਤੇ ਫਿਰ ਕਈਆਂ ਨਾਲ ਗੱਲ ਹੋ ਜਾਂਦੀ ਹੈ ਮੌਜ ਜਿਆਂ ਦੀ ਕਰਮਾਤਾ ਦੀ ਮੈਂ ਹੈਗਾ ਉਹ ਜਿੰਨੀਆਂ ਵੀ ਮਿਨਿਸਟਰੀਆਂ ਤੁਸੀਂ ਅੱਜ ਦੇਖਦੇ ਹੋ ਨਾ ਇਹਨਾਂ ਮਿਨਿਸਟਰੀਆਂ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਉਹ ਮੌਜ ਜene ਹੋਏ ਜਿਹੜੇ ਖੁਦਾ ਨੇ ਸਾਡੇ ਦੁਆਰਾ ਕੀਤੇ ਆ ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਮੇਨ ਕੰਨਰੂ ਲਾ ਹੋਵੇ ਭਾਵੇਂ ਬਰਜਿੰਦਰ ਸਿੰਘ ਹੋਵੇ ਭਾਵੇਂ ਕੋਈ ਦੂਏ ਤੀਏ ਜਿਹੜੇ ਇਵਨ ਇਥੇ ਤੱਕ ਦੀਨਾ ਕਰਨ ਹੋਣਾ ਦੇ ਵੀ ਮਿਨਿਸਟਰੀ ਦੇ ਵਿੱਚ ਉਹ ਮੌਜੂਜੇ ਨਹੀਂ ਹੋਏ ਦੀਨਾ ਕਰਨ ਛੱਡੋ ਬੈਨਿਫੀਨ ਹੋਣਾ ਦੇ ਵੀ ਮਿਨਿਸਟਰੀ ਦੇ ਵਿੱਚ ਉਹ ਮੌਜੂਜੇ ਨਹੀਂ ਹੋਏ ਜਿਹੜੇ ਮੌਜੂਜੇ ਖੁਦਾ ਨੇ ਸਾਡੇ ਦੁਆਰਾ ਕੀਤੇ ਅਸੀਂ ਤੇ ਕਦੀ ਉਹਨਾਂ ਦਾ ਜ਼ਿਕਰ ਗਵਾਇਆਂ ਵੀ ਨਹੀਂ ਕਰਾਉਂਦੇ ਤੇ ਅਸੀਂ ਉਹਨਾਂ ਮੌਜੂਜਿਆਂ ਨੂੰ ਅੱਜ ਹਾਈਲਾਈਟ ਕਰਨਾ ਸ਼ੁਰੂ ਕਰ ਦਈਏ ਸਾਡੇ ਪਿੱਛੇ ਪੀੜਾਂ ਲਾ ਜਾਣ ਅਸੀਂ ਵੀ ਸੈਮ ਸਟਾਰ ਫੋਟਨਾ ਵਿੱਚ ਲੈਣਾ ਸ਼ੁਰੂ ਕਰ ਦਈਏ ਅਸੇ ਕਿਨੇ ਨਾ ਪ੍ਰਭੂ ਨੇ ਜਿਸ ਕੰਮ ਦੇ ਲਈ ਬੁਲਾਇਆ ਹੈ ਨਾ ਉਹ ਕੰਮ ਪੈ ਲਿਆ ਪੰਜਾਬ ਦੀ ਮਿਨਿਸਟਰੀ ਦੇ ਵਿੱਚ ਸਿਰਫ ਦੋ ਐਸੀਆਂ ਕਲੀਸਿਆਂ ਦਾ ਪ੍ਰਕੋਡਾ ਦੀ ਕਲੀਸੇ ਦੇ ਆਂਗਿਆ ਜਿੱਥੇ ਮੁਰਦੇ ਜ਼ਿੰਦਾ ਹੋਏ ਔਰ ਅੱਜ ਵੀ ਜਿਉਂਦੇ ਆ ਇੱਕ ਧਾਰੀਵਾਲ ਪਾਸਟਰ ਮਨੀਰ ਮਸੀ ਜਿਹੜਾ ਦੀ ਮਿਨਿਸਟਰੀ ਦੇ ਵਿੱਚ ਖੁਦਾ ਨੇ 6 ਮੁਰਦੇ ਜ਼ਿੰਦਾ ਕੀਤੇ ਆ ਤੇ ਦੂਸਰੇ ਅਸੀਂ ਤੀਸਰੀ ਕੋਈ ਤੁਸੀਂ ਮਿਨਿਸਟਰੀ ਸੁਣੋਗੇ ਜਿੱਥੇ ਕੋਈ ਮੁਰਦਾ ਜ਼ਿੰਦਾ ਹੋਇਆ ਹੋਵੇ ਉਹਨਾਂ ਦੀ ਮਿਨਿਸਟਰੀ ਵਿੱਚ ਤਿੰਨ ਐਸੇ ਖੁਸਰੇ ਸੀਗੇ ਜਿਨ੍ਹਾਂ ਤੇ ਖੁਦਾ ਨੇ ਰਹਿਮ ਕੀਤਾ ਔਰ ਉਹਨਾਂ ਨੂੰ ਮੁਕੰਮਲ ਔਰਤ ਬਣਾਇਆ ਉਹਨਾਂ ਔਰਤਾਂ ਨੇ ਸ਼ਾਦੀਆਂ ਰਚਾਈਆਂ ਅੱਗੇ ਬੱਚਿਆਂ ਨੂੰ ਜਨਮ ਦਿੱਤੇ ਉਸ ਤੋਂ ਬਾਅਦ ਇਹ ਸਾਡੀ ਸੇਵਕਾਈ ਹੈ ਜਿਹਦੇ ਵਿੱਚ ਖੁਸਰੇ ਪੈਦਾ ਹੋਏ ਔਰ ਖੁਦਾ ਨੇ ਰਾਤੋ-ਰਾਤ ਉਹਨਾਂ ਨੂੰ ਕਨਵਰਟ ਕਰਕੇ ਲੜਕੇ ਬਣਾ ਦਿੱਤਾ ਇਹ ਚੀਜ਼ਾਂ ਜੇ ਅਸੀਂ ਲੈ ਕੇ ਚੱਲੀਏ ਤੇ ਅਸੀਂ ਤੇ ਧੂਮਾ ਮਚਾ ਦਈਏ। ਲੇਕਿਨ ਅਸੀਂ ਇਹਨਾਂ ਚੀਜ਼ਾਂ ਦੇ ਵਿਸ਼ੇ ਤੇ ਗੱਲ ਵੀ ਨਹੀਂ ਕਰਦੇ। ਲੋਕਾਂ ਦਾ ਧਿਆਨ ਵੀ ਜ਼ਿਆਦਾ ਕਿਤੇ ਇਸ ਪਾਸੇ ਨੂੰ ਆ ਜਾਏ। ਮੇਰਾ ਆਪਣਾ ਭਰਾ ਦਾ ਬੇਟਾ ਪਾਸਟਰ ਹੈ ਨਹੀਂ ਤਾਂ ਬੇਟਾ ਪੈਦਾ ਹੋਇਆ ਥੋੜੇ ਦਿਨਾਂ ਬਾਅਦ ਹੋਇਆ ਜਦੋਂ ਕੁਝ ਮਹੀਨਿਆਂ ਦਾ ਤੇ ਪੂਰੇ ਪੂਰੇ ਜਿਸਮ 'ਚ ਜ਼ਹਿਰ ਫੈਲ ਗਿਆ ਸੀ। ਤੇ ਡਾਕਟਰ ਕਹਿੰਦੇ ਜੀ ਬੱਸ ਹੋਣ ਗਿਆ ਤੇ ਹੋਣ ਗਿਆ। ਪ੍ਰਭੂ ਨੇ ਟਾਈਮ ਦੱਸ ਕਿਉਂ ਚੰਗਾ ਕੀਤਾ ਸੀ ਸਾਡੇ ਫਾਦਰ ਸਾਹਿਬ ਬੜੇ ਸਾਡੇ ਆਂਟੀ ਸੀਗੇ ਉਸ ਸਮੇਂ ਦੇ ਉੱਤੇ ਵੀ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਪ੍ਰਭੂ ਯਸਮਸੀ ਨੇ ਮੰਨ ਕੇ ਉਹ ਦਿਨ ਉਹ ਵੀ ਰੋ ਰੋ ਕੇ ਕਹਿੰਦੇ ਸੀ ਕਹਿੰਦੇ ਅੱਜ ਅਗਰ ਪ੍ਰਭੂ ਯਸਮਸੀ ਤੁਹਾਡਾ ਮੁੰਡੇ ਨੂੰ ਜੀਵਨ ਦੇ ਦੇਵੇ ਨਾ ਤੇ ਮम्मी ਕਹਿੰਦੇ ਉਹ ਤੇ ਮਨ ਲਿਆਵਾਂਗਾ ਤੇ ਪ੍ਰਭੂ ਨੇ ਕਿਹਾ ਫਿਰ ਟਾਈਮ ਦੇਖੋ ਕੀ ਹੋਇਆ ਤੇ ਮੇਰੇ ਮੂਹ ਆਤਮਾ ਨੇ ਕਹਾ ਤੇ ਉਹ ਕਹਿੰਦੇ 2:20 ਮਿੰਟ ਤੇ ਮੈਂ ਕਿਹਾ ਖੁਦਾ ਦਾ ਰੂਦ ਅਸਰੇ ਮੁੰਡਾ ਠੀਕ ਹੈ ਉਸੇ ਟਾਈਮ ਹੀ ਸਾਡੀ ਉਦੋਂ ਬੜੀ ਗਰੀਬੀ ਦੇ ਹਾਲ ਸੀ ਉਹ ਸਾਈਕਲ ਚੱਕ ਕੇ ਗਏ ਹਸਪੀਟਲ ਜਾ ਕੇ ਪਤਾ ਕੀਤਾ ਤੇ ਕਹਿੰਦੇ ਮੁੰਡਾ ਦੇ ਉਹ ਚਾਹੇ ਕਿੰਨੇ ਵਜ ਦਾ ਟਾਈਮ ਸੀ ਉਹ ਕਹਿੰਦੇ 8:00 ਵਜ ਦਾ ਟਾਈਮ ਸੀ ਉਦੋਂ ਸਾਡੇ ਬਾਪ ਜੀ ਫਿਰ ਇਸ ਪਾਸੇ ਆਏ ਸੀ ਸਮੋਜੀਆਂ ਦੀਆਂ ਲੜੀਆਂ ਮਤਲਬ ਫਿਰ ਇੱਕ ਜੱਟ ਫੈਮਿਲੀ ਦੇ ਉੱਤੇ ਬੱਚਾ ਪੈਦਾ ਹੋਇਆ ਤੇ ਉਹ ਸਮੇ ਤੋਂ ਕਾਫੀ ਪਹਿਲਾਂ ਉਹਦਾ ਜਨਮ ਹੋਣਾ ਪਿਆ ਸੀਗਾ ਤੇ ਉਹਦੇ ਗੁਰਦੇ ਹੈ ਨਹੀਂ ਸੀ ਵਿਚਾਰੇ ਦੇ ਇੱਕ ਛੋਟਾ ਜਿਹਾ ਬਣਿਆ ਸੀ ਬਾਕੀ ਆਏ ਨਹੀਂ ਉਹ ਕਹਿੰਦੇ ਵੀ ਘੰਟਿਆਂ ਦੇ 2 ਘੰਟੇ ਬਾਅਦ ਇਹਨੇ ਮਸ਼ੀਨ 'ਚ ਰੱਖਿਆ ਤੇ ਕਹਿੰਦੇ ਮਰ ਜਾਣਾ ਇਹਨੇ ਤੇ ਉਹ ਮਾਂ ਨੂੰ ਵੀ ਜਵਾ ਦਿੱਤਾ ਹੋਇਆ ਸੀ ਉਹਨਾਂ ਨੇ ਉਹਨਾਂ ਸਮੇਂ ਵਿੱਚ ਸਾਡੇ ਕੋਈ ਕੰਮ ਸੀ ਤੇ ਉਸ ਹਸਪਤਾਲ ਗਿਆ ਸੀ ਸੈਕ੍ਰੇਟ ਹਾਰਟ ਮਕਸੂਦਾਂ ਦੇ ਵਿੱਚ ਤੇ ਉਹਨਾਂ ਰੋਦਿਆਂ ਦੇਖਿਆ ਤੇ ਪੁੱਛਿਆ ਕੀ ਗੱਲਬਾਤ ਹੈ ਕੀ ਤਦ ਤੱਕ ਕਹਿੰਦੇ ਗੱਲਬਾਤ ਮੈਂ ਕੋਈ ਗੱਲ ਨਹੀਂ ਉਹਨਾਂ ਨੂੰ ਬਾਣੀ ਦੀਆਂ ਗੱਲਾਂ ਦੱਸੀਆਂ ਤੇ ਬਾਅਦ ਚ ਉਹਦੀ ਮਾਂ ਦੇ ਬੱਚੇ ਦੀ ਤੇ ਉਹਦੇ ਦੀ ਦੁਆ ਕੀਤੀ ਮਾਂ ਨੂੰ ਖੁਦਾ ਨੇ ਉਸੇ ਟਾਈਮ ਚੰਗਾ ਕੀਤਾ ਅੱਧੇ ਘੰਟੇ ਬਾਅਦ ਬੱਚੇ ਦੇ ਟੈਸਟ ਕੀਤੇ ਦੋਨੇ ਗੁਰਦੇ ਪੂਰੇ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਹਾਈਲਾਈਟ ਕੀਤਾ ਵੀ ਹਾਂਜੀ ਨਹੀਂ ਲਾਓ ਉੱਜਾ ਕੇ ਉਹਨਾਂ ਦੀ ਵੀਡੀਓ ਬਣਾਈ ਹੈ ਉਹਨੂੰ ਵੀਡੀਓ ਬਣਾ ਕੇ ਤੇ ਉਹਨੂੰ ਡਾਊਨਲੋਡ ਕਰੀਏ ਤੇ ਪਾਈਏ ਤੇ ਲੋਕਾਂ ਦੇ ਵਿੱਚ ਜਾ ਕੇ ਸਾਡਾ ਇਹ ਭਗਤੀ ਨਿਗੀ ਤੇ ਨਾ ਕਦੇ ਇਹਨਾਂ ਚੀਜ਼ਾਂ ਨੂੰ ਭਗਤੀ ਦੇ ਨਾਲ ਜੋੜ ਕੇ ਦੇਖਿਆ ਜਾਵੇ ਇੱਕ ਆ ਆ ਮੈਂ ਅੱਜ ਸਟੈਂਡ ਲਾ ਬੈਠੇ ਹਾਂ ਪੁੱਛਣਾਂ ਦਾ ਬੇਟਾ ਜਦੋਂ ਪੈਦਾ ਹੋਇਆ ਸੀ ਉਹਦੀ ਕੀ ਕੰਡੀਸ਼ਨ ਸੀ ਔਰ ਖੁਦਾ ਨੇ ਕਿੱਡਾ ਵੱਡਾ ਉਹਦਾ ਸਿਹਰੇ ਹੈ ਨਹੀਂ ਸੀ ਤੁਹਿੰਨ ਤੋਂ ਕਰੇ ਕਿ ਕਰਾਈ ਗਈ ਇਹਨਾਂ ਦੇ ਲੈ ਆ ਕੇ ਇੱਥੇ ਹਾਂਜੀ ਕਹਿ ਤ ਬਰਾਵੇ ਇਹ ਦੱਸਣ ਦਾ ਗੱਲ ਕਰ ਰਹੇ ਕਿ ਮੈਂ ਦੱਸਣਾ ਚਾਹੁੰਦਾ ਵੀ ਅੱਜ ਡਰਾਮਾ ਕੀ ਹੋ ਰਿਹਾ ਮਸੀਹਤ ਦੇ ਵਿੱਚ ਅੱਜ ਭਗਤੀ ਨੂੰ ਬਗਾੜਿਆ ਕਿਦਾਂ ਜਾ ਰਿਹਾ ਹੈ ਇੱਥੇ ਇੱਕ ਹੋਰ ਹੈਗੇ ਆਪਣੇ ਉੱਪਰ ਸ੍ਰੀ ਬਾਸੋਂ ਦੇ ਬ੍ਰਦਰ ਉਹਨਾਂ ਦੇ ਚਰਚੇ 'ਚ ਇੱਕ ਅਨਵਰ ਹੈ ਇਹਨਾਂ ਨੂੰ ਪਤਾ ਹੈ ਸਾਡੇ ਮਿਸ਼ਨ ਕੰਪਾਊਂਡ ਤੋਂ ਆ 12 ਸਾਲ ਹੋ ਗਏ ਸੀ ਉਹਨਾਂ ਦੇ ਉਲਾਦ ਨਹੀਂ ਸੀ ਕੋਈ ਸੇਵਕਾਂ ਨੇ ਛੱਡਿਆ ਨਹੀਂ ਸੀ ਬੈਣ ਹਿੰਦੀ ਮੀਟਿੰਗ ਵਿੱਚ ਗਏ ਦੀਨਾਗਰ ਉਹਨਾਂ ਦੀ ਮੀਟਿੰਗ ਵਿੱਚ ਗਏ ਇੱਧਰ ਉੱਧ ਸਾਰੇ ਪਾਦਰੀਆਂ ਕੋ ਹਰ ਪਾਸੇ ਜਾ ਕੇ ਉਹਨਾਂ ਦੁਆਵਾਂ ਕਰਾਇਆ ਸੀ 99 ਦੇ ਵਿੱਚ ਫੁਦਾ ਮੈਨੂੰ ਇੱਥੇ ਪਹਿਲੀ ਵਾਰੀ ਲੈ ਕੇ ਆਇਆ ਉਹਨਾਂ ਦੇ ਘਰ ਚ ਜਾ ਕੇ ਮੇਰਾ 15-20 ਮਿੰਟੇ ਆਪ ਬਚਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਉਹਦੇ ਨੇ ਪ੍ਰਾਰਥਨਾ ਕੀਤੀ 3 ਮਹੀਨੇ ਬਾਅਦ ਇੰਡੀਆ ਫੋਨ ਆਇਆ ਕਹਿੰਦੇ ਜੀ ਫੁਦਾ ਨੇ ਸੁਣ ਲਈ ਹੈ ਤੇ ਮੇਰੀ ਵਾਈਫ ਕਹਿੰਦੇ ਪ੍ਰੈਨੈਂਟ ਹੈ ਤੇ ਉਹਦੇ ਬੇਟਾ ਪੈਦਾ ਹੋਇਆ ਹਾਂ ਜੀ ਉਹਨੇ ਤੇ ਦੇਖੋ ਆਪਾਂ ਹੁਣ ਹਾਲੇਲੂਇਆ ਕੱਲ ਹੀ ਕਿਹਾ ਅਸੀਂ ਹੁਣ ਹalleluyah ਕਿੱਥੇ ਚਾਹੁੰਦੇ ਹਾਂ ਜਦੋਂ ਬਚਨ ਦਾ ਪ੍ਰਕਾਸ਼ ਖੁੱਲੇ ਨਾ ਉਦੋਂ ਹalleluyah ਹੋਣਾ ਚਾਹੀਦਾ ਆ ਤੇ ਸਾਡੇ ਲਈ ਇੱਕ ਕੰਮ ਹੋ ਸਕਦੇ ਮੁਰਦਾ ਜਿੰਦਾ ਹੋਣਾ ਬੜੀ ਵੱਡੀ ਗੱਲ ਸਾਡੇ ਲਈ ਹੋ ਸਕਦਾ ਜੇ ਇਸ ਖੁਦਾ ਨੇ ਮਿੱਟੀ ਦਾ ਪੁੱਤਰਾ ਬਣਾ ਕੇ ਉਹਦੀਆਂ ਨਾਸਾਂ 'ਚ ਸਾਹ ਫਾਗਣ ਨੂੰ ਜਿੰਦੀ ਜਾਨ ਕਰ ਦਿੱਤਾ ਹੈ ਉਹਦੇ ਲਈ ਕਿਹੜਾ ਮੁਸ਼ਕਲ ਕੰਮ ਹੈ ਅੱਜ ਮੈਂ ਪਾਣੀ ਤੋਂ ਤੁਰ ਕੇ ਤੇ ਪਾਲੇ ਪਾਸੇ ਚੱਲ ਜਾਵਾਂ ਇਹ ਕਿੱਡਾ ਵੱਡਾ ਮੌਜਜ ਹੈ ਜਿਹਨੇ ਪਾਣੀ ਨੂੰ ਬਣਾਇਆ ਕਿਦਾਂ ਦਿਖਿਆ ਜਿਹੜੀਆਂ ਚੀਜ਼ਾਂ ਦਿਖਦੀਆਂ ਨਾ ਅੱਜ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਇਹ ਉਹਨਾਂ ਚੀਜ਼ਾਂ ਤੋਂ ਬਣਾਈਆਂ ਨਹੀਂ ਗਈਆਂ ਤੇ ਇਹ ਉਹਦੇ ਹੁਕਮ ਦੇ ਨਾਲ ਤਿਆਰ ਕੀਤੀਆਂ ਗਈਆਂ ਤੇ ਦੇਖੋ ਹੁਕਮ ਜੀ ਖੜੀਆਂ ਤੇ ਉਹਦੇ ਅੱਗੇ ਅਸੀਂ ਇਹ ਇਹੜਾ ਮੌਜਜਿਆਂ ਦੀ ਕੀ ਕੀਮਤ ਸਮਝਦੇ ਹਾਂ ਧਰਤੀ ਦੇ ਨਾਲੋਂ 10 10 ਲੱਖ ਗੁਣਾ ਵੱਡੇ ਗ੍ਰਹਿ ਉਹਨੇ ਹਵਾ 'ਚ ਲਟਕਾ ਕੇ ਛੱਡੇ ਹੋਏ ਆ ਉਹਨਾਂ ਦੀ ਗਤੀ ਠਰਾਈ ਹੋਈ ਹੈ ਵੀ ਇੱਕ ਦੂਜੇ ਦੇ ਦੁਆਲੇ ਘੁੰਮਣਾ ਆ ਕਦੇ ਖਬਰ ਸੁਣੀ ਵੀ ਐਕਸੀਡੈਂਟ ਹੋ ਗਿਆ ਉਹਨਾਂ ਦਾ ਇੱਕ ਦਿਤੀ ਮਿਲਤੀ ਗਤੀ ਹੋ ਗਈ ਸੀ ਉਹਦੀ ਊਰਜਾ ਘੱਟ ਗਈ ਸੀ ਤੇ ਉਹ ਦੂਜੇ ਨਾਲ ਟਕਰਾ ਗਿਆ ਕਦੀ ਨਹੀਂ ਸੁਣਿਆ ਗਿਆ ਹਨ ਔਰੇ ਟਕਰਾਉਣੇ ਵੀ ਆ ਜਿਸ ਦਿਨ ਉਹਨੇ ਦਿਨ ਠਰਾਇਆ ਹਾ ਉਸ ਦਿਨ ਟਕਰਾਉਣੇ ਆ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਦੀ ਜ਼ੁਰਤ ਨਿਗਾ ਵੀ ਇੱਕ ਗ੍ਰਹਿ ਉਹਦੇ ਇੰਨੀ ਕਿ ਦੂਰੀ ਤੋਂ ਵੀ ਘੁੰਮਦਾ ਆ ਤੇ ਉਹਦੇ ਨਾਲ ਟੱਚ ਕਰ ਜਵੇ ਮਤਰਾ ਵੀ ਨਹੀਂ ਪੈਦਾ ਹੁੰਦਾ ਤੇ ਜਿਹੜੇ ਖੁਦਾ ਨੇ ਏਡੇ ਏਡੇ ਵੱਡੇ ਮੌਜੇ ਕਿਤੇ ਜਿੰਨੇ ਹਸਮੁੰਦ ਨੂੰ ਹੁਕਮ ਦਿੱਤਾ ਇੱਥੋਂ ਹੀ ਲਣਾ ਨੇ ਤੇਰੇ ਛਲ ਆਵੇ ਪਰ ਇਸ ਤੋਂ ਅੱਗੇ ਨਹੀਂ ਤੇ ਵਚਨ 'ਚ ਲਿਖਿਆ ਸਾਫ਼ ਕਰਕੇ ਉਹ ਲਹਿਰ ਆਉਂਦੀ ਤਾਂ ਹੈਗੀ ਆ ਪਰ ਆਪਣੀ ਸ਼ਰਮਿੰਦਗੀ ਦੀ ਝੱਗ ਉਗਲ ਕੇ ਦੇ ਵਾਪਸ ਚਲ ਜਾਂਦੀ ਤੇ ਅਸੀਂ ਦੇ ਛੋਟੇ ਨਹਿਰ ਬਣਾਉਣੇ ਤੇ ਉਹਦੇ ਵੀ ਕਿਨਾਰੇ ਬਣਾਉਣੇ ਕਿਤੇ ਓਵਰਫਲੋ ਹੋ ਕੇ ਪਾਣੀ ਬਾਹਰ ਨਾ ਜਾਵੇ ਤੋਂਨੇ ਹੁਕਮ ਦੇ ਵਿੱਚ ਹੀ ਰੱਖਿਆ ਹੈ ਕਿ ਨਾ ਇਤੋਂ ਅੱਗੇ ਨਹੀਂ ਵਧਣਾ ਤੇ ਜਦੋਂ ਹੁਕਮ ਦਿੰਦਾ ਉਹ ਹੀ ਸੁਨਾਮੀ ਬਣ ਕੇ ਦੇਸ਼ਾਂ ਦੇ ਦੇਸ਼ ਤਬਾਹ ਕਰ ਜਾਂਦਾ ਤੇ ਇਹਨਾਂ ਚੀਜ਼ਾਂ ਦੇ ਅੱਗੇ ਅਸੀਂ ਕਿੱਥੇ ਖੜੇ ਆ ਅਸੀਂ ਭਗਤੀ ਦੀ ਉਸ ਗੰਭੀਰਤਾ ਨੂੰ ਅਜੇ ਤੱਕ ਸਮਝਿਆ ਨਹੀਂ ਤੇ ਜੇ ਅਸੀਂ ਸਮਝਦਾ ਹੀ ਨਹੀਂ ਆ ਤੇ ਫਿਰ ਮੈਂ ਨਹੀਂ ਸਮਝਦਾ ਕਿ ਸਾਨੂੰ ਇਦਾਂ ਦੀਆਂ ਬੰਦਗੀਆਂ ਵਗੈਰਾ ਕਰਨ ਦੀ ਕੋਈ ਜ਼ਰੂਰਤ ਹੈ ਕਿਉਂਕਿ ਇਹ ਤੇ ਜ਼ਿੰਦਗੀ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਪ੍ਰੀਅ ਪੁੱਤਰ ਮਸੀਹ ਯਸੂ ਦੀ ਮਹਿਮਾ ਦੇ ਵਿੱਚ ਬੁਲਾਇਆ ਹੈ ਜਿਨ੍ਹਾਂ ਨੂੰ ਉਹਨੇ ਅਨੰਤ ਜੀਵਨ ਦੇਣ ਦਾ ਵਾਅਦਾ ਕੀਤਾ ਹੈ ਜੇਨਨੋ ਨੇ ਇਸ ਲਈ ਬੁਲਾਇਆ ਹੈ ਵੀ ਉਹ ਵਚਨ ਦੀ ਗੰਭੀਰਤਾ ਨੂੰ ਸਮਝਣ ਤੇ ਜਾਣਨ ਸਾਡੇ ਕੋਲ ਕਈ ਵਾਰੀ ਲੋਕੀ ਹੁੰਦੇ ਕਹਿੰਦੇ ਜੋ ਆ ਪਾਸਟਾ ਹੈ ਤੇ ਤੁਹਾਡੇ ਚਾਚੇ ਦਾ ਗਿਣਨਾ ਨਹੀਂ ਸਾਹਮਣਾ ਕਰੇ ਸੌਰੀ ਲੋਕਾਂ ਲਾਦਾ ਸੀ ਘੰਡੀ ਆ ਅਸੀਂ ਪ੍ਰੌਡਟੀਆਂ ਸਾਨੂੰ ਪਤਾ ਕੋਈ ਬੰਦਾ ਆ ਕੇ ਪੁੱਲਪਟ ਤੇ ਅਗਰ ਥੋੜੀ ਜੀ ਵੀ ਗਲਤ ਤਾਲੀਮ ਦੇ ਗਿਆ ਤੇ ਲਿਖਿਆ ਵਚਨ ਦੇ ਵਿੱਚ ਥੋੜਾ ਜਿਹਾ ਖਮੀਰ ਸਾਰੇ ਆਟੇ ਰਗਾਉਂਦਾ ਜਿ ਨਹੀਂ ਦਿੰਦੇ ਅਸੀਂ ਕਿਤੇ ਜਾਣਦੇ ਆ ਅਸੀਂ ਪਹਿਨਾ ਦੱਸ ਦਿੰਦੇ ਚਰਚ ਵਾਲਿਆਂ ਨੂੰ ਵੀ ਪਹਿਲੀ ਗੱਲ ਤੇ ਪ